ਪਿਛਲਾ ਗਾਣਾ ਮੇਰਾ ਟਿੱਬਿਆਂ ਦਾ ਪੁੱਤ ਸੀ ਉਹ ਚ ਇੱਕ ਮੁੰਡੇ ਦਾ ਸ਼ੇਰ ਸੀ ਮੰਡ ਬਾਈ ਗੀਤਾ ਕਿਹਦੇਆਂ ਚ ਕਿੰਨੀ ਐ ਤੂੰ ਜਾਨ ਦੇਖ ਲੈ ਬੱਚਾ ਬੱਚਾ ਕਰੀ ਜੇ ਤੇ ਮਾਨ ਦੇਖ ਲੈ ਪਲੇ ਉੱਡਦੇ ਲਫਾਫੇ ਅਸਮਾਨ ਦੇ ਕੇ ਤੇ ਫਿਰ ਮੂਸੇ ਪਿੰਡੋਂ ਚੜਿਆ ਤੂਫਾਨ ਦੇਖ ਲੈ ਕਿ ਜਦੀ ਕੱਲੀ ਕੱਲੀ ਤੁਕ ਤਿੱਖੀ ਸੂਲ ਵਰਗੀ ਦੇ ਇੱਕ ਹੇਟਰਾਂ ਦੇ ਸੀਨੇ ਤੇ ਚਿਭੋਈ ਪਈ ਐ ਉਹ ਤੂੰ ਦੇਖ ਜਰਾ ਮੂਸੇ ਤੋਂ ਟ੍ਰੰਟੋ ਤੱਕ ਨਹੀਂ ਕਿ ਮੈਂ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਐ ਜੀ ਉਹ ਲਿਕੇ ਮੈਸੇਜ ਆਇਆ ਹਨਾ ਬਾਈ ਦਾ ਫਿਰ ਰਾਤ ਨੂੰ 8:00 ਵਜੇ ਹੁਣ ਜਦੋਂ ਰਿਕਾਰਡਿੰਗ ਆ ਗਈ ਬਾਈ ਦੀ ਹੈ ਨਾ ਬਹੁਤ ਵਧੀਆ ਲੱਗਿਆ ਡਾਰਲਿੰਗ ਸ਼ੇਰ ਤੁਹਾਡਾ ਜਿਉਂਦੇ ਵਸਦੇ ਰਹੋ ਬਾਈ ਆਪਾਂ ਤੇਰੀ ਆਵਾਜ਼ ਕਿਸੇ ਨਾ ਕਿਸੇ ਗਾਣੇ ਚ ਪਾਵਾਂਗੇ ਜ਼ਰੂਰ ਪਾਵਾਂਗੇ ਠੀਕ ਹੈ ਜਾਨ ਤੇ ਮੈਂ ਫਿਰ ਫਿਰ ਮੈਸੇਜ ਕੀਤਾ ਬਾਈ ਨੂੰ ਮੈਂ ਕਿਹਾ ਮੈਂ ਬਾਈ ਬਾਹਰ ਖਾਣਾ ਹਨਾ ਵੇ ਪਰ ਬਾਹਰ ਲਿਖਿਆ ਸੀਗਾ ਬਈ ਕੋਰੋਨਾ ਦਾ ਸਮਾਂ ਆ ਮਿਲ ਨਾ ਆਓ ਪਰਿਵਾਰ ਚ ਗੋਣ ਲਗਾਉਣੇ ਆ ਮੈਂ ਕਿਹਾ ਮਾਤਾ ਗੁਜ਼ਰ ਗਿਆ ਸੀ ਮੈਂ ਉਧਰ ਹੀ ਸੀਗਾ ਤੇ ਬਾਪੂ ਆ ਤੇ ਮੈਂ ਆ ਪੈਣਾ ਬਈ ਆਈਆਂ ਬਾਈ ਕਹਿੰਦਾ ਵਿਆਹ ਮੈਂ ਕਹਿੰਦਾ ਵਿਆਹ ਹੁਣ ਬਈ ਕਰਾਵਾਂਗੇ ਕਹਿੰਦਾ ਕਰਾਲਾ ਯਾਰ ਵਿਆਹ ਕਰਾਲਾ ਜਦੋਂ ਮੇਰੀ ਮਾਤਾ ਗੁਜਰੇ ਸੀ ਮੈਂ ਬਾਹਰ ਸੀਗਾ ਬਈ ਮੈਂ ਕਹਿੰਦਾ ਜਿੰਨਾ ਦੁੱਖ ਮੈਨੂੰ ਮੇਰੀ ਮਾਂ ਦਾ ਹੋਇਆ ਹੈਗਾ ਨਾ ਉਹਦੇ ਉਹਦੇ ਨਾਲੋਂ ਵੱਧੇ ਕਹਿ ਸਕਦਾ ਹਨਾ ਵੀ ਇਹ ਸਿੱਧੂ ਦਾ ਬਈ ਹੋਇਆ ਜਦੋਂ ਤੱਕ ਮੌਤ ਦੀ ਖਬਰ ਨਹੀਂ ਆਈ ਉਦੋਂ ਤੱਕ ਵੀ ਐ ਲੱਗਾ ਵੀ ਚਲ ਬੱਜ ਗਈਆਂ ਹੋਣਗੀਆਂ ਗੋਲੀਆਂ ਕੋਈ ਨਹੀਂ ਪਰ ਇਹ ਜਾਂਦਾ ਕਿਤੇ ਨਹੀਂ ਯਾਰ ਇਹ ਬੱਜੂਗਾ ਬਈ ਕੰਦਾ ਮਾਰ ਮਾਰ ਕੂਕਾਂ ਲੈ ਲੈ ਹੱਥਾਂ 'ਚ ਬੰਦੂਕਾਂ ਪੁੱਤ ਫੋਟੋਆਂ ਕਰਾਉਣੀਆਂ ਹੀ ਸੌਖੀਆਂ ਸੌਖੇ ਹੀ ਨਹੀਂ ਹੁੰਦੇ ਬਸ ਮਾਰਨੇ ਪਰਿੰਦੇ ਪਰ ਹਿੱਕਾਂ ਤੇ ਚਲਾਉਣੀਆਂ ਨੇ ਔਖੀਆਂ ਗੱਲਾਂ 'ਚ ਹਨੇਰੀਆਂ ਨਾਲ ਦਿਲਾਂ 'ਚ ਦਲੇਰੀਆਂ ਉਹ ਘੋੜੇ ਕਦੇ ਲੱਗੇ ਨਹੀਂ ਡਬਾਂ ਨੂੰ ਸੋਭਦੇ ਸੱਚਮੁੱਚ ਹੁੰਦੇ ਨੇ ਜੋ ਬੰਦੇ ਅਣਖੀ ਉਹ ਪੁੱਤ ਉਮਰਾਂ ਕਦੇ ਉਹ ਲੰਬੀਆਂ ਨਹੀਂ ਭੋਗਦੇ ਇਹ ਮੇਰੇ ਹਿਸਾਬ ਨਾਲ ਇੱਕ ਮਾਪਦਾਂ ਡਿਆ ਵੀ ਜਿਹੜੇ ਸੱਚਮੁੱਚ ਜਿਹੜੇ ਅਣਖੀ ਬੰਦੇ ਆ ਨਾ ਉਹ ਉਮਰ ਨਹੀਂ ਭੋਗਦੇ ਬਈ ਜੇ ਕੋਈ ਬੰਦਾ ਉਹ ਗਿਆ ਨਾ 80 90 100 ਸਾਲ ਦਾ ਹੋ ਕੇ ਆਪਣੀ ਮੋਤੇ ਮਰਿਆ ਤੇ ਬਾਅਦ ਲੋਕ ਕਹਿੰਦੇ ਅਣਖ ਹੀ ਬੜਾ ਸੀ ਮੈਂ ਕਹਿੰਦਾ ਕਿਤੇ ਨਾ ਕਿਤੇ ਸਮਝੌਤਾ ਕੀਤਾ ਹੋਊਗਾ ਯਾਰ ਪਿਓ ਰਣਖ ਨਹੀਂ ਹੋਊਗੀ ਬੰਦੇ ਦੇ ਵਿੱਚ ਕਹਿੰਦਾ ਹੋਈ ਟਿੱਬਿਆਂ ਦੇ ਪੁੱਤ ਤੋਂ ਪਛਾਣ ਜੱਟ ਦੀ ਉਂਝ ਤਾਂ ਰਕਾਨੇ ਸੀ ਨਹੀਂ ਕੌਣ ਜਾਣਦਾ ਦਿਲੋਂ ਸ਼ੁਕਰਾਨਾ ਕਰਾਂ ਉਸ ਜੱਟ ਦਾ ਪਿੰਡਿਆ ਮੂਸਾ ਨਹੀਂ ਜਿਹਦਾ ਜ਼ਿਲ੍ਹਾ ਮਾਨਸਾ ਚੂਲ ਚ ਲਗਾਏ ਮੁੰਡਾ ਫਾਲੇ ਵੰਗਰਾਂ ਚੱਲਿਆ ਕੋਈ ਨਹੀਂ ਮੂਸੇ ਵਾਲੇ ਵੰਗਰਾਂ ਜਿਉਂਦੇ ਜੀ ਕਿਸੇ ਨੂੰ ਅੱਖੇ ਛਾਉਣ ਨਹੀਂ ਦੇਣਾ ਬਾਈ ਨੂੰ ਇਹ ਨਹੀਂ ਸੀ ਪਤਾ ਵੀ ਬੰਦਾ ਕੌਂਦਾ ਵੀ ਮੈਨੂੰ ਐ ਸੀ ਬਾਈ ਨੂੰ ਕਿਤੇ ਕੋਲ ਬੈਠ ਕੇ ਉਹਦੇ ਹਿਕਾਂ ਹਿਕਾਂ ਲਾ ਕੇ ਦਿਖਾਵਾਂਗੇ ਨਾ ਇਹ ਚੀਜ਼ਾਂ ਰਹਿ ਗਈਆਂ ਯਾਰ ਇਹ ਇਹ ਦਿਮਾਗ 'ਚ ਰਹਿ ਗਈਆਂ ਬਈ ਮੈਂ ਕਹਿੰਦਾ ਬਈ ਇਹ ਕਤਲ ਕਰਨ ਨਾਲੋਂ ਘੱਟ ਨਹੀਂ ਹੈਗਾ ਕਿਸੇ ਦੀ ਚੜੀ ਹੋਈ ਗੁੱਡੀ ਨੂੰ ਥੱਲੇ ਤਾਰਨਾ ਸਾਜ਼ਿਸ਼ਾਂ ਕਰਕੇ ਬਦਨਾਮ ਕਰਕੇ ਟੈਲੈਂਟ 'ਚ ਬੀਟ ਕਰ ਲਓ ਯਾਰ ਕਿਸੇ ਨੂੰ ਤੁਸੀਂ ਵੀ ਗੱਲ ਉਹਦੇ ਬਰਾਬਰ ਹੋ ਕੇ ਉਹਦੇ ਗਾਣਿਆਂ ਨਾਲ ਹੀ ਚੱਲਿਆ ਬਈ ਉਹ ਗੱਲਾਂ ਕਰਕੇ ਥੋੜੀ ਚੱਲਿਆ ਕਈ ਤਾਂ ਐ ਉਹੀ ਲਿਖੀ ਜਾਂਦੇ ਆ ਜਿੱਦਾਂ ਸ਼ੇਕਸਪੀਅਰ ਹੁੰਦੇ ਨਾ ਵਿਚਾਰਕ ਮਤ ਭੇਦੇ ਸੀ ਕਿ ਤੁਸੀਂ ਕੌਣੇ ਆ ਵੀ ਤੁਹਾਡੇ ਨਾਂ ਉਹਦੇ ਵਿਚਾਰਕ ਮਤ ਭੇਦੇ ਸੀ ਜੇ ਉਤੋਂ ਕੋਈ ਸਿੱਖਣਾ ਤੂੰ ਯੁਰਤ ਸਿੱਖੋ ਹਿੰਮਤ ਸਿੱਖੋ ਜ਼ਿੰਦਗੀ ਜਿਉਣ ਦਾ ਤਰੀਕਾ ਉਹਦਾ ਬੜਾ ਘੈਂਟ ਸੀਗਾ ਪੋਜ਼ਿਟਿਵਿਟੀ ਬਹੁਤ ਸੀ ਉਹ ਬੰਦੇ ਦੇ ਵਿੱਚ ਜ਼ੁਬਾਨ ਦਾ ਬੜਾ ਪੱਕਾ ਸੀ ਦੋ ਦੋ ਸਾਲ ਪਹਿਲਾਂ ਕੀਤੀਆਂ ਸਟੇਜਾਂ ਤੇ ਗੱਲਾਂ ਥਾਪੀ ਮਾਰ ਕੇ ਭਗਾ ਕੇ ਗਿਆ ਬਈ ਸਿੱਧੂ ਮੂਸੇਵਾਲੇ ਦੇ ਗੀਤ ਦੀ ਇੱਕ ਲਾਈਨ ਆ ਅਮਰੀਕਾ ਤੱਕ ਬੰਦੇ ਆਖਦੇ ਜੱਟਾ ਤੇਰੇ ਨਾਲ ਕਲੈਬ ਕਰਨੀ ਬਿਨਾਂ ਸ਼ੱਕ ਸਿੱਧੂ ਨਾਲ ਇਹ ਬੰਬੇ ਤੋਂ ਲੈ ਕੇ ਅਮਰੀਕਾ ਤੱਕ ਦੇ ਲੋਕ ਸੀ ਜਿਹੜੇ ਗਾਉਣ ਵਾਲੇ ਸੀ ਉਹਦੇ ਨਾਲ ਕੰਮ ਕਰਨਾ ਚਾਹੁੰਦੇ ਸੀ ਪਰ ਸਿੱਧੂ ਨੇ ਕਿੰਨਾ ਮੁੰਡਿਆਂ ਨੂੰ ਮੌਕਾ ਦਿੱਤਾ ਸਿੱਧੂ ਦੀਆਂ ਕੋਲਾਬਸ ਕਿਹਦੇ ਹਿੱਸੇ ਆਈਆਂ ਮਾਝੇ ਮਾਲਵੇ ਦੁਆਬੇ ਦੇ ਮੁੰਡਿਆਂ ਦੇ ਸਿੱਧੂ ਨੇ ਪੰਜਾਬ ਦੇ ਮੁੰਡਿਆਂ ਨੂੰ ਬਹੁਤ ਪਿਆਰ ਕੀਤਾ ਤੇ ਬਹੁਤ ਉਹਨਾਂ ਨੂੰ ਮੌਕੇ ਦਿੱਤੇ ਉਹਨਾਂ ਚੋਂ ਅੱਜ ਇੱਕ ਸਾਡੇ ਨਾਲ ਨੇ ਦੁਆਬੇ ਤੋਂ ਨੇ ਬਾਈ ਗੁਰਜੀਤ ਸਿੰਘ ਮੰਡ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਟਿੱਬਿਆਂ ਦੇ ਪੁੱਤ ਸਿੱਧੂ ਦਾ ਜਿਹੜਾ ਗਾਣਾ ਉਹਦੇ ਵਿੱਚ ਉਹਨਾਂ ਨੇ ਕੰਮ ਕੀਤਾ ਸਿੱਧੂ ਦੇ ਨਾਲ ਅੱਜ ਆਪਣੇ ਨਾਲ ਨਹੀਂ ਗੱਲਬਾਤ ਕਰਦੇ ਸਸਿਕਾ ਜੀ ਹਾਂ ਸਸਿਕਾ ਜੀ ਬਾਈ ਜਿਸ ਤਰ੍ਹਾਂ ਮੈਂ ਆਖਿਆ ਕਿ ਸਿੱਧੂ ਨੇ ਬਹੁਤ ਮੁੰਡਿਆਂ ਨੂੰ ਪਿਆਰ ਕੀਤਾ ਬਹੁਤ ਮੁੰਡਿਆਂ ਨੂੰ ਮੌਕਾ ਦਿੱਤਾ ਤੁਸੀਂ ਵੀ ਉਹਨਾਂ ਚੋਂ ਇੱਕ ਹੋ ਪਰ ਆਪਾਂ ਸ਼ੁਰੂਆਤ ਕਰਦੇ ਹਾਂ ਜਿਹੜਾ ਤੁਸੀਂ ਸਿੱਧੂ ਦੇ ਗਾਣੇ ਟਿੱਬਿਆਂ ਦੇ ਪੋਤੇ ਵਿੱਚ ਸ਼ੇਅਰ ਬੋਲਿਆ ਸੀ ਇੱਕ ਸ਼ੁਰੂ ਚ ਉਹ ਜਿਹੜਾ ਉਹ ਤੋਂ ਸ਼ੁਰੂਆਤ ਕਰਦੇ ਹਾਂ ਬਈਓ ਸਿਗਾ ਗੀਤਾਂ ਕਿਹਦੀਆਂ ਚ ਕਿੰਨੀਆਂ ਤੂੰ ਜਾਨ ਦੇਖ ਲੈ ਬੱਚਾ ਬੱਚਾ ਕਰੀ ਜੇ ਤੇ ਮਾਨ ਦੇਖ ਲੈ ਪੱਲੇ ਉੱਡਦੇ ਲਫਾਫੇ ਆ ਸਮਾਨ ਦੇਖ ਕੇ ਤੇ ਫਿਰ ਮੂਸੇ ਪਿੰਡੋਂ ਚੜਿਆ ਤੂਫਾਨ ਦੇਖ ਲੈ ਤੇ ਇੱਕ ਉਹਦੇ ਵਿਚਾਲੇ ਸੀਗਾ ਕਿ ਜਿਦੀ ਕਲੀ ਕਲੀ ਤੱਕ ਤਿੱਖੀ ਸੂਲ ਵਰਗੀ ਦੇਖ ਹੇਟਰਾਂ ਦੇ ਸੀਨੇ ਤੇ ਚਿਭੋਈ ਪਈ ਐ ਉਹ ਤੂੰ ਦੇਖ ਜਰਾ ਮੂਸੇ ਤੋਂ ਟਰੰਟੋ ਤੱਕ ਨਹੀਂ ਕਿਵੇਂ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਐ ਸੋ ਇਹ ਦੋ ਸ਼ੇਰ ਸੀ ਬਈ ਅੱਛਾ ਬਈ ਸ਼ੁਰੂਆਤ ਕਿੱਥੋਂ ਹੁੰਦੀ ਐ ਸਿੱਧੂ ਨਾਨ ਮਿਲਣ ਦੀ ਜਾਂ ਸੁਆਬ ਕਿਵੇਂ ਬਣਿਆ ਤੁਸੀਂ ਹਨਾ ਕਿ ਟਿੱਬਿਆਂ ਦੇ ਪੁੱਤ ਗਾਣੇ 'ਚ ਤੁਹਾਡੇ ਸ਼ੇਰ ਲੈ ਗਏ ਉਹਨਾਂ ਦਿਨਾਂ 'ਚ ਬਈ ਮੈਂ 사ウਦੀ ਅਰਬ ਦੇ ਵਿੱਚ ਸੀਗਾ ਮੈਂ 6 ਸਾਲ ਰਿਹਾ ਉਧਰ ਤੇ ਉਦੋਂਕ ਦਾੌਰ ਸੀਗਾ ਟਿਕਟੌਕ ਦਾ ਤੇ ਅਸਲ ਕਹਾਣੀ ਸ਼ੁਰੂ ਹੋਈ ਆ ਮੈਂ ਇੱਕ ਬਾਈ ਦੀ ਸਪੋਰਟ ਦੇ ਵਿੱਚ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ 7-8 ਸ਼ੇਅਰ ਸੀਗੇ ਤੇ ਉਹ ਮੈਂ ਉਦੋਂ ਇਨਾ ਮੈਨੂੰ ਇੰਸਟਾਗ੍ਰਾਮ ਨਾ ਨਾ ਮੈਂ ਲੱਗਾ ਸੀ ਚਲਾਉਣਾ ਇਨਾ ਚਲਾਉਣਾ ਵੀ ਨਹੀਂ ਸੀ ਪਤਾ ਯਾਰ ਬਈ ਸਟੋਰੀ ਪਾ ਕੇ ਮੈਂਸ਼ਨ ਟੈਗ ਵਗੈਰਾ ਇਨਾ ਪਤਾ ਨਹੀਂ ਸੀ 400 ਮੇਰਾ ਫਾਲੋਅਰ ਹੁੰਦਾ ਹੈਗਾ ਤੇ ਇੱਕ ਮੇਰਾ ਮੁੰਡਾ ਫਰੈਂਡ ਸੀਗਾ ਨਵਾਂ ਨਵਾਂ ਹੀ ਬਣਿਆ ਸੀਗਾ ਬਿੱਲਾ ਤੇ ਉਹਨੇ ਵੀਡੀਓ ਦੇਖੀ ਉਹਨੇ ਅੱਗੇ ਬਈ ਇੱਕ ਗੁਰਵਿੰਦਰ ਸਿੰਘ ਸੀਗਾ ਮੁੰਡਾ ਕੈਨੇਡਾ 'ਚ ਸੀਗਾ ਉਹ ਉਹ ਬਾਈ ਦਾ ਕਰੀਬੀ ਸੀਗਾ ਬਾਈ ਜਦੋਂ ਕੈਨੇਡਾ ਸੀ ਤਾਂ ਉਹਦੇ ਨਾਲ ਕਿਤੇ ਰਹਿੰਦੇ ਹੋਗੇ ਨਾ ਉਹਦੀਆਂ ਸਟੋਰੀਆਂ ਬਾਈ ਦੇਖਦੇ ਹੁੰਦੇ ਸੀਗੇ ਤੇ ਉਹ ਬਿੱਲੇ ਨੇ ਬਾਈ ਗੁਰਵਿੰਦਰ ਨੂੰ ਸੈਂਡ ਕੀਤਾ ਤੇ ਮੈਨੂੰ ਮੈਸੇਜ ਕਰਦਾ ਕਹਿੰਦਾ ਮੈਂ ਇੱਕ ਮੁੰਡਾ ਹਾਂ ਨਾ ਕੈਨੇਡਾ ਚ ਆ ਉਹਨੂੰ ਹਨਾ ਸੈਂਡ ਕਰ ਦੱਤੀ ਤੇਰੀ ਵੀਡੀਓ ਵੀ ਸ਼ਾਇਦ ਬਾਈ ਦੇਖੇ ਲਵੇ ਤੇ ਮੈਂ ਮੈਂ ਇਹਨਾਂ ਸੀਰੀਅਸ ਨਹੀਂ ਲਿਆ ਹਨਾ ਬਾਈ ਤੇ ਉਹ ਕੁਦਰਤੀ ਮੈਂ ਚਲੋ ਉਦੋਂ ਕੰਮ ਤੇ ਸੀਗਾ ਹਨਾ ਤੇ ਮੈਨੂੰ ਫੋਨ ਆਉਂਦਾ ਅਗਲੇ ਦਿਨੇ ਹਨਾ ਮੁੰਡਾ ਇੱਕ ਸਾਡੇ ਨਾਲ ਦੇ ਪਿੰਡ ਦਾ ਉਹ ਵੀ ਮੇਰੇ ਨਾਲ ਸੀ ਉੱਥੇ ਕਹਿੰਦਾ ਬਾਈ ਤੇਰੀ ਵੀਡੀਓ ਬਾਈ ਸਿੱਧੂ ਨੇ ਸ਼ੇਅਰ ਕੀਤੀ ਉਹ ਮੈਂ ਕਹਾਂ ਕੋਈ ਫੈਨ ਪੇਜ ਹੋਣਾ ਬਾਈ ਕਹਿੰਦਾ ਨਹੀਂ ਨਹੀਂ ਬਾਈ ਦੇ ओरिजिनल ਅਕਾਊਂਟ ਤੋਂ ਹਨਾ ਤੇ ਜਦੋਂ ਮੈਂ ਜਾ ਕੇ ਦੇਖਿਆ ਤਾਂ ਉਹ ਸੱਚੀ ਬਾਈ ਦੇ ਅਕਾਊਂਟ ਤੋਂ ਸੀਗੀ ਹਨਾ ਤੇ ਉੱਪਰ ਬਾਈ ਨੇ ਲਿਖਿਆ ਸੀਗਾ ਮੈਨੂੰ ਯਾਦ ਨਹੀਂ ਇਦਾਂ ਕੁਝ ਸੀਗਾ ਝੋਟਾ ਲਿਖਿਆ ਸੀਗਾ ਹਨਾ ਇਦਾਂ ਤੇ ਉਦੋਂ ਫਿਰ ਜਦੋਂ ਮੈਂ ਦੇਖਿਆ ਬਾਈ ਲਾਈਕ ਤੇ ਲਾਈਕ ਹਨਾ ਵਿਊ ਤੇ ਵਿਊ ਚਲੋ ਬੜੀ ਆਪਾਂ ਨੂੰ ਹਨਾ ਖੁਸ਼ੀ ਹੋਈ ਤੇ ਉਸ ਤੋਂ ਬਾਅਦ ਜਦੋਂ ਸ਼ਾਮ ਪਈ ਆ ਤਾਂ ਪਹਿਲਾਂ Jio Jio ਲਿਖ ਕੇ ਮੈਸੇਜ ਆਇਆ ਹਨਾ ਬਾਈ ਦਾ ਤੇ ਮੈਂ ਬਾਈ ਦਾਦਾ ਨੂੰ ਧੰਨਵਾਦ ਕੀਤਾ ਫਿਰ ਰਾਤ ਨੂੰ 8:00 ਵਜੇ ਹੁਣ ਜਦੋਂ ਰਿਕਾਰਡਿੰਗ ਆ ਗਈ ਬਾਈ ਦੀ ਹਨ ਰਿਕਾਰਡਿੰਗ ਹੋਊਗੀ ਉਹ 25 ਸੈਕਿੰਡ ਦੀ ਜਿਹਦੇ ਵਿੱਚ ਬਾਈ ਨੇ ਕਿਹਾ ਵੇ ਤੇਰਾ ਕੱਕੇ ਸ਼ੇਰ ਬਹੁਤ ਸੋਹਣਾ ਹਨ ਤੇ ਆਪਾਂ ਇਹ ਚੱਕ ਕੇ ਨਾ ਕਿਤੇ ਕਿਸੇ ਗਾਣੇ ਚ ਪਾਵਾਂਗੇ ਹਨ ਤੇ ਤੂੰ ਮੈਨੂੰ ਨੰਬਰ ਸੈਂਡ ਕਰ ਦਿੱਤਾ ਆਪਣੇ ਕਿਸੇ ਫਰੈਂਡ ਦਾ ਤੇ ਕਿਹਾ ਇੱਥੇ ਸੈਂਡ ਕਰ ਦੇ ਤੇ ਬਾਈ ਮੈਂ ਫਿਰ ਉਹ ਸੈਂਡ ਕਰ ਦਿੱਤਾ ਹਨ ਤੇ ਕੁਝ 7-8 ਦਿਨਾਂ ਦੇ ਬਾਅਦ ਟਿੱਬਿਆਂ ਦਾ ਪੁੱਤ ਜਦੋਂ ਗਾਣਾ ਆਉਣਾ ਸੀਗਾ ਉਹਦਾ ਪੋਸਟਰ ਪਾਇਆ ਤੇ ਨਾਲੇ ਬਾਈ ਨੇ ਮੈਨੂੰ ਮੈਸੇਜ ਕਰ ਦਿੱਤਾ ਕਹਿੰਦਾ ਤੇਰਾ ਸ਼ੇਅਰ ਪਾਇਆ ਇਸ ਗਾਣੇ 'ਚ ਤੇ ਮੈਂ ਧੰਨਵਾਦ ਕੀਤਾ ਬਾਈ ਦਾ ਤੇ ਉਹ ਤੋਂ ਬਾਅਦ ਬਾਈ ਫਿਰ ਟੀਜ਼ਰ ਆ ਗਿਆ ਗਾਣੇ ਦਾ ਹਨਾ ਤੇ ਟੀਜ਼ਰ ਦੇ ਵਿੱਚ ਸਿਗਾ ਸ਼ੇਅਰ ਪਾਏ ਆ ਤੇ ਸਾਰੇ ਪਾਸਿਓਂ ਵਧਾਈਆਂ ਆ ਗਈਆਂ ਬਈ ਇੱਕਦਮ ਹਨਾ ਤੇ ਵਧੀਆ ਮੈਂ ਵੀ ਧੰਨਵਾਦ ਕੀਤਾ ਬਾਈ ਦਾ ਫਿਰ ਤਿੰਨ ਚਾਰ ਦਿਨ ਬਾਅਦ ਬਾਈ ਗਾਣਾ ਆ ਗਿਆ ਤੇ ਗਾਣੇ 'ਚ ਦੋ ਸ਼ੇਅਰ ਸੀਗੇ ਆਪਣੇ ਪਾਇਓ ਤੇ ਫਿਰ ਮੈਂ ਵੀਡੀਓ ਬਣਾਈ ਇੱਕ ਵੀਡੀਓ ਬਣਾ ਕੇ ਧੰਨਵਾਦ ਕੀਤਾ ਬਾਈ ਦਾ ਤੇ ਉਹ ਵੀਡੀਓ ਬਾਈ ਨੇ ਸ਼ੇਅਰ ਕੀਤੀ ਸੋ ਇੱਕੋ ਦਿਨ ਮੇਰੇ ਖਿਆਲ ਨਾਲ 400 ਫਾਲੋਅਰ ਰਸੀ ਮੇਰਾ ਹਨ ਇੱਕੋ ਦਿਨ ਦੇ ਵਿੱਚ ਕਾਫੀ ਉਥੇ ਜੁੜ ਕੇ ਲੋਕ ਮੇਰੇ ਨਾਲ ਆ ਕੇ ਹਨ ਵਧੀਆ ਚਲੋ ਗੱਲਬਾਤ ਜੀ ਬਣ ਗਈ ਸਾਰੇ ਪਾਸੇ ਮੈਸੇਜ ਤੇ ਮੈਸੇਜ ਹਨ ਜਿਨ੍ਹਾਂ ਲੋਕਾਂ ਨੂੰ ਕਦੇ ਮੈਂ ਪੇਜਾਂ ਵਾਲਿਆਂ ਨੂੰ ਕੀਤੇ ਸੀ ਮੈਸੇਜ ਉਹਨਾਂ ਨੇ ਸੀਨ ਵੀ ਨਹੀਂ ਸੀ ਕੀਤੇ ਉਹ ਸਾਲ ਸਾਲ ਹੋ ਗਿਆ ਸੀ ਫਿਰ ਉਹਨਾਂ ਦੇ ਵੀ ਆਏ ਮੈਨੂੰ ਤੇ ਵਧੀਆ ਆਪਾਂ ਨੂੰ ਬਹੁਤ ਖੁਸ਼ੀ ਹੋਈ ਯਾਰ ਉਹ ਟਾਈਮ ਘੈਂਟ ਸੀਗਾ ਆਪਣੇ ਵਾਸਤੇ ਹਨ ਸੀਗਾ ਮੈਂ ਬਾਹਰੇ ਹੀ ਪਟੋਤੋਂ ਫਿਰ ਮੈਂ 1.5 ਸਾਲ ਬਾਅਦ ਆਇਆ ਮੈਂ ਫਿਰ ਮੈਂ ਬਾਈ ਨੂੰ ਮਿਲ ਕੇ ਆਇਆ ਉਹ ਮਜਬੂਰੀ ਸੀਗੀ ਚਲੋ ਘਰਾਂ ਚ ਹੁੰਦੀਆਂ ਪ੍ਰੋਬਲਮ ਆਪ ਨਹੀਂ ਆ ਸਕਦੇ ਹੁੰਦੇ ਹਨਾ ਟਾਈਮ ਨਾਲ ਤੇ ਡੇਢ ਸਾਲ ਬਾਅਦ ਆਇਆ ਮੈਂ ਬਈ ਉਦੋਂ ਤੱਕ ਫੇ ਫੋਨ ਫਾਨ ਤੇ ਗੱਲਾਂ ਆਪਣੀਆਂ ਆਪਣੇ ਮੈਸੇਜ ਦੇ ਉੱਤੇ ਗੱਲਾਂ ਫੋਨ ਤੇ ਵੀ ਇੱਕ ਦੋ ਵਾਰ ਹੋਈਆਂ ਤੇ ਇਦਾਂ ਗੱਲਬਾਤ ਚੱਲਦੀ ਰਹੀ ਵੀ ਹਾਂਜੀ ਅੱਛਾ ਬਈ ਫਿਰ ਮੁਲਾਕਾਤ ਸਿੱਧੂ ਨਾਲ ਪਹਿਲੀ ਵਾਰ ਕਦੋਂ ਹੁੰਦੀ ਆ ਪਹਿਲੀ ਉਹ ਹੀ ਬਈ ਡੇਢ ਕਸਾਲ ਜਦੋਂ ਮੈਨੂੰ ਹੋ ਗਿਆ ਡੇਢ ਕਸਾਲ ਬਾਅਦ ਮੈਂ ਆ ਗਿਆ ਸੀਗਾ ਪੱਕਾ ਹੀ ਆ ਗਿਆ ਸੀਗਾ ਜਿਆਦੀ ਮੈਂ ਬਾਹਰੋਂ ਹਾਂ ਨਾ ਸਾਰਾ ਕੁਝ ਛੱਡ ਕੇ ਤੇ ਫਿਰ ਜਦੋਂ ਮੈਂ ਆਇਆ ਉਦੋਂ ਮੈਂ ਤਕਰੀਬਨ ਮਰਖਲ ਨਾ ਮਹੀਨੇ ਮਹੀਨਾ ਵੀ ਨਹੀਂ ਪਿਆ 20 ਦਿਨ ਬਾਅਦ ਮੈਂ ਫਿਰ ਨਾ ਆਪਾਂ ਗਏ ਮੁੰਡੇ ਪਿੰਡੋਂ ਤਿੰਨ ਚਾਰ ਜਣੇ ਮੈਸੇਜ ਵਗੈਰਾ ਕਰ ਲਿਆ ਬਾਈ ਨੂੰ ਟਾਈਮ ਮਿਲ ਗਿਆ ਆਪਾਂ ਨੂੰ ਤੇ ਗਏ ਤਾਂ ਉਥੇ ਵਧੀਆ ਬਈ 50 60 ਬੰਦੇ ਹੋਣਗੇ ਖੜੇ ਹਨ ਤੇ ਬਾਈ ਫਿਰ ਖੇਤਾਂ ਜੀ ਸੀ ਖੇਤਾਂ ਤੋਂ ਆਏ ਘਰ ਮੈਂ ਫਿਰ ਮੈਸੇਜ ਕੀਤਾ ਮੈਂ ਕਿ ਬਾਈ ਮਾ ਆਏ ਆ ਬਾਹਰ ਖੜਾ ਤੇ ਫਿਰ ਉਧਰ ਆਇਆ ਮੁੰਡਾ ਫਿਰ ਲੈ ਕੇ ਗਿਆ ਆਪਾਂ ਨੂੰ ਫਿਰ ਬਾਈ ਬੈਠੇ ਆਪਾਂ ਤਕਰੀਬਨ ਅੱਧਾ ਘੰਟਾ ਬੈਠੇ ਆਵਾਂਗੇ ਚਾਹ ਪਾਣੀ ਪੀਤਾ ਗੱਲਾਂ ਬਾਤਾਂ ਕੀਤੀਆਂ ਵਧੀਆ ਬਾਈ ਬੜਾ ਖੁਸ਼ ਹੋਇਆ ਤੇ ਆਪਾਂ ਨੂੰ ਵੀ ਵਧੀਆ ਲੱਗਾ ਯਾਰ ਵਧੀਆ ਮੁਲਾਕਾ ਹਾਂਜੀ ਜਦੋਂ ਗਏ ਫਿਰ ਜੋ ਉਹ ਕਿਤਾ ਗੱਲਾਂ ਕੀ ਹੋਈਆਂ ਪਹਿਲਾਂ ਮੈਨੂੰ ਇਹ ਦੱਸੋ ਸਿੱਧੂ ਨਾ ਜਦੋਂ ਗਏ ਫਿਰ ਕੀ ਗੱਲਾਂ ਹੋਈਆਂ ਪਹਿਲੀ ਵਾਰੀ ਗੱਲਾਂ ਬਈ ਆਹੀ ਪਹਿਲ ਕਰੀ ਲੂ ਗੱਲਾਂ ਹੋਈਆਂ ਬਾਈ ਮੈਂ ਪੁੱਛਦਾ ਜੀ ਬੜੇ ਚਿਰ ਬਾਅਦ ਆਇਆ ਬਈ ਕਿੱਥੇ ਸੀਗਾ ਮੈਂ ਫਿਰ ਦੱਸਿਆ ਮੈਂ ਕਿਹਾ ਬਾਈ ਮੈਂ 사ऊदी ਕਹਿੰਦਾ ਆਇਆ ਹੋਣਾ ਆ ਉੱਥੋਂ ਮੈਂ ਕਿਹਾ ਹਾਂਜੀ ਡੇਢ ਸਾਲ ਬਾਅਦ ਆਇਆ ਬਈ ਤਾਂ ਫਿਰ ਪੁੱਛਿਆ ਕਿਹੜੇ ਜਿਲ੍ਹਾ ਜਿਲ੍ਹਾ ਕਿਹੜਾ ਦਰਾਬ ਮੈਂ ਕਿਹਾ ਮੇਰਾ ਹਿਸ਼ਾਰਪੁਰ ਜਿਲ੍ਹਾ ਬਈ ਤੇ ਪਰਿਵਾਰ ਚ ਕੌਣ ਕੌਣ ਆ ਮੈਂ ਕਿਹਾ ਮਾਤਾ ਗੁਜਰ ਗਏ ਸੀ ਮੈਂ ਉਧਰੇ ਹੀ ਸੀਗਾ ਤੇ ਬਾਪੂ ਆ ਤੇ ਮੈਂ ਆ ਭੈਣਾ ਵਿਆਈਆਂ ਤੇ ਬਈ ਕਹਿੰਦਾ ਵਿਆਹ ਮੈਂ ਕਿਹਾ ਵਿਆਹ ਹੁਣ ਬਈ ਕਰਾਵਾਂਗੇ ਕਹਿੰਦਾ ਕਰਾਲਾ ਯਾਰ ਵਿਆਹ ਕਰਾਲਾ ਤੇ ਚਲੋ ਬਾਅਦ ਵਿੱਚ ਤਾਂ ਫਿਰ ਕਰਵਾ ਵੀ ਲਿਆ ਕੁਦਰਤੀ ਹੈ ਨਾ ਤੇ ਬਸ ਆਹੀ ਗੱਲਾਂ ਬਾਤਾਂ ਹੋਈਆਂ ਅੱਛਾ ਇੱਕ ਨਾ ਜਦੋਂ ਵੀ ਕਹਿੰਦੇ ਇਹ ਸਿੱਧੂ ਨੂੰ ਜਦੋਂ ਉਹ ਕਿਉਂ ਮਿਲਣ ਜਾਂਦਾ ਸੀ ਜਦੋਂ ਮਿਲਣ ਆਲੇ ਬਹੁਤ ਖੜੇ ਹੁੰਦੇ ਸੀ ਸਮਾਂ ਬਹੁਤ ਲੱਗ ਜਾਂਦਾ ਸੀ ਵੇਟਵਾਵਾ ਕਰਨੀ ਵੀ ਫਿਰ ਸਿੱਧੂ ਨੂੰ ਮਿਲਣ ਵਾਸਤੇ ਨਹੀਂ ਨਹੀਂ ਬਈ ਵੇਟ ਨਹੀਂ ਕਰਨੀ ਪਈ ਐਵੇਂ ਕਹੀ ਆ ਆਪਣਾ ਥੋੜੀ ਜੀ ਜਾਣ ਪਛਾਣ ਕਰਕੇ ਵਧੀਆ ਮੁਲਾਕਾਤ ਹੋਈ ਹੈ ਨਾ ਅੰਦਰੋਂ ਵੀ ਬਹੁਤ ਸੀ ਰਸ਼ ਬਾਈ ਘੱਟੂ ਘੱਟ ਦੱਸਿਆ 50 60 ਜਣੇ ਤਾਂ ਹੋਣਗੇ ਕਈ ਮੈਨੂੰ ਵੀ ਪਛਾਣ ਗਏ ਵਿੱਚੋਂ ਬਈ ਮੰਡ ਆ ਗਿਆ ਮੰਡ ਆ ਗਿਆ ਪਹਿਲਾਂ ਕਿ ਇਹ ਕੌਣ ਆਏ ਯਾਰ ਦੇਖਿਆ ਕਿਤੇ ਫਿਰ ਇੱਕਦੋ ਫੋਟੋ ਬਟੋਨ ਲਾਪਿਆ ਕਰਾਉਣਾ ਤੇ ਮੈਂ ਫਿਰ ਫਿਰ ਮੈਸੇਜ ਕੀਤਾ ਬਾਈ ਨੂੰ ਮੈਂ ਕਿਹਾ ਮੈਂ ਬਾਈ ਬਾਹਰ ਖਾਣਾ ਹਨਾ ਵੇ ਕਿਉਂਕਿ ਦਰਵਾਜ਼ਾ ਲੱਗਾ ਸੀਗਾ ਕਰੋਨਾ ਦਾ ਟਾਈਮ ਸੀ ਬਾਈ 50 60 ਜਿਹੜੇ ਬਾਹਰ ਖੜੇ ਸੀ ਨਾ ਉਦਾਂ ਉਹਨਾਂ ਨੇ ਖੜਨਾ ਨਹੀਂ ਸੀ ਅੰਦਰ ਚੱਲ ਜਾਣਾ ਸੀ 50 60 ਬੋਤੇ ਨਹੀਂ ਸੀ ਹਵੇਲੀ ਕਾਫੀ ਵੱਡੀ ਆ ਪਰ ਬਾਹਰ ਲਿਖਿਆ ਸੀਗਾ ਬਈ ਕਰੋਨਾ ਦਾ ਸਮਾਂ ਆ ਮਿਲਣਾ ਉਹ ਕਿਉਂਕਿ ਇੱਥੇ ਪਾਬੰਦੀਆਂ ਲੱ ਬਟ ਫੇ ਵੀ ਲੋਕ ਨਹੀਂ ਹਟਦੇ ਹਨ ਤੇ ਅਸੀਂ ਨਹੀਂ ਹਟੇ ਪਹਿਲਾਂ ਤਾਂ ਨਾ ਐਵੇਂ ਕਹੀਏ ਤੇ ਉਹ ਵੀ 50 60 ਫੀਸ ਜਿਹੜੇ ਬਾਹਰ ਸੀ ਉਹਨਾਂ ਦੇ ਵਿੱਚੋਂ ਫਿਰ ਆਪਾਂ ਤਾਂ ਲੈ ਗਏ ਕੱਢ ਕੇ ਬਟ ਉਹਨਾਂ ਨੂੰ ਵੀ ਬਾਈ ਮਿਲਿਆ ਉਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਮਿਲਿਆ ਉਹ ਇਸ ਕਰ ਇਦਾਂ ਮਿਲਿਆ ਵੀ ਜੰਨੀ ਉੱਥੇ ਫਿਰ ਟੱਚ ਵਾਲਾ ਸਿਸਟਮ ਹੈ ਨਹੀਂ ਸੀਗਾ ਹਨਾ ਕਿਉਂਕਿ ਜਿਹੜਾ ਵੀ ਜਾਂਦਾ ਅਗਲਾ ਜੱਫੀ ਪਾਉਂਦਾ ਹਨਾ ਫਿਰ ਉਦੋਂ ਪਾਬੰਦੀਆਂ ਸੀਗੀਆਂ ਬਾਈ ਤੇ ਬਾਈ ਡਰੈਕਟਰ ਲੈ ਕੇ ਆਇਆ ਜਦੋਂ ਅਸੀਂ ਨਿਕਲੇ ਆ ਨਾ ਬਾਹਰ ਗੱਡੀ 'ਚ ਬਹਿ ਗਏ ਆ ਕਿ ਉਦੋਂ ਫਿਰ ਬਾਈ ਨੇ ਟਰੈਕਟਰ ਮੰਗਾਇਆ ਸੀਗਾ ਹਨਾ ਟਿਆ ਤੇ ਉਹ ਟਰੈਕਟਰ ਤੇ ਬਹਿ ਕੇ ਬਾਈ ਬਾਹਰ ਨੂੰ ਆਇਆ ਤੇ ਬਾਹਰ ਮਿਲਦਾ ਜ਼ਰੂਰ ਸੀਗਾ ਐ ਨਹੀਂ ਸੀਗਾ ਬਈ ਜਾਨੀ ਕੋਈ ਬੰਦਾ ਉਂਝ ਚਲ ਜਾਊਗਾ ਕਿਉਂਕਿ ਯਾਰ ਕੋਈ ਦਿੱਲੀ ਤੋਂ ਆ ਰਿਹਾ ਹਨਾ ਇੰਨੀ ਦੂਰੋਂ ਦੂਰੋਂ ਆ ਰਿਹਾ ਹਨਾ ਲੋਕ ਕਿਉਂਕਿ ਮੇਰੇ ਕੋਲੇ ਜੇ ਮੈਨੂੰ ਜਿਹੜੇ ਮੁੰਡੇ ਮੇਨਾਂ ਫੋਟੋਆਂ ਕਰਾਉਂਦੇ ਸੀ ਮੈਂ ਉਹਨਾਂ ਤੋਂ ਪੁੱਛਿਆ ਮੈਂ ਕਿ ਤੂੰ ਕਿੱਥੋਂ ਆਏ ਆ ਕਹਿੰਦਾ ਬਈ ਆਪਾਂ ਹਰਿਆਣੇ ਤੋਂ ਆਏ ਆ ਤੇ ਮੈਂ ਕਿਹਾ ਹਰਿਆਣੇ ਤੋਂ ਹੁਣ ਤੁਸੀਂ ਸੋਚ ਕੇ ਦੇਖੋ ਹਰਿਆਣੇ ਤੋਂ ਆਇਆ ਬੰਦਾ ਤੇ ਜੇ ਉਹ ਐਦਾਂ ਮੁੜ ਜਵੇ ਬਿਨਾਂ ਮਿਲੇ ਫਿਰ ਤਾਂ ਗਲਤ ਹੈ ਨਾ ਉਹ ਸਮਝਦਾ ਸੀ ਬਈ ਉਹਨੂੰ ਪਤਾ ਸੀਗਾ ਬਈ ਜੇ ਲੋਕ ਆ ਰਹੇ ਆ ਤਾਂ ਕਿਸੇ ਗੱਲ ਨਾਲ ਆ ਰਹੇ ਆ ਤੇ ਮਿਲਦਾ ਸੀ ਬਈ ਮੁੱਲ ਮੋੜ ਕੁ ਰਾਤ ਬਰਾਤ ਕੋਈ ਤੇ ਲੇਟ ਫੇਟ ਹੋ ਜਾਂਦਾ ਹੈਗਾ ਉਹ ਤੇ ਉਹ ਰਹਿ ਹੈ ਚ ਵੀ ਹੈ ਜਦੋਂ ਮਿਲੇ ਫਿਰ ਅੱਗੇ ਚਲੋ ਇੱਕ ਗਾਣਾ ਤਾਂ ਤੁਸੀਂ ਕਰ ਲਿਆ ਸੀ ਸਿੱਧੂ ਦੇ ਨਾਲ ਤੇ ਜਦੋਂ ਫਿਰ ਮਿਲੇ ਕੋਈ ਹੋਰ ਮਤਲਕ ਅਗਲੀਆਂ ਪਲੈਨਿੰਗਸ ਥੋਡੀਆਂ ਹੋਈਆਂ ਅਗਲੇ ਗਾਣੇ ਕਿਹੜੇ ਕਰਨੇ ਕਿਵੇਂ ਉਹਨਾਂ ਤੇ ਵੀ ਚਰਚਾ ਹੋਈ ਬਈ ਚਰਚਾ ਯਾਰ ਅਸਲ ਦੇ ਵਿੱਚ ਨਾ ਮੇਰੇ ਨਾਲ ਦੇ ਮੁੰਡੇ ਜਿਹੜੇ ਸੀਗੇ ਉਹਨਾਂ ਮੈਨੂੰ ਕਿਹਾ ਕਹਿੰਦੇ ਯਾਰ ਕਿਉਂਕਿ ਮੇਰਾ ਹੁਣ ਜਦੋਂ ਹੁਣ ਮੈਂ ਕਰ ਵੀ ਰਿਆਂ ਗਾਣੇ ਉਦੋਂ ਵੀ ਉਦੋਂ ਮੂਡ ਹੈਗਾ ਪੂਰਾ ਵੀ ਆਪਾਂ ਸਟਾਰਟ ਕਰਨਾ ਹਨਾ ਸਿਸਟਮ ਤੇ ਮੇਰੇ ਨਾਲ ਦੇ ਮੁੰਡੇ ਮੈਨੂੰ ਕਹਿੰਦੇ ਰਹੇ ਬਈ ਕਰ ਲਾ ਗੱਲ ਹਨਾ ਆਏ ਆ ਪੇ ਕੰਮ ਲੈ ਲਾ ਮੁੱਕ ਦੀ ਗੱਲ ਹਰ ਇੱਕ ਬੰਦੇ ਨੂੰ ਹੁੰਦਾ ਫਿਰ ਕੰਮ ਲੈ ਲਾ ਹਨਾ ਬੰਦੇ ਨੂੰ ਪਰ ਯਾਰ ਅਮੀਤ ਨੂੰ ਕੋਈ ਆਪਣਾ ਹੀ ਦਿਲ ਨਹੀਂ ਕੀਤਾ ਇਸ ਕਰਕੇ ਵੀ 1.5 ਸਾਲ ਬਾਅਦ ਮਿਲਣ ਆਏ ਆ ਆਉਂਦੇ ਅਗਲੇ ਨੂੰ ਸਵਾਲ ਪਾ ਕੇ ਹਨਾ ਰੱਖਦੇ ਹੋ ਬਾਈ ਮੇਰੇ ਨਾਲ ਹਨਾ ਕਿਉਂਕਿ ਆਪਾਂ ਨੂੰ ਪਤਾ ਸਵਾਲ ਪਾਉਣ ਵਾਲੇ ਬਹੁਤ ਆਉਂਦੇ ਆ ਮੇਰਾ ਮਤਲਬ ਇਹ ਸੀ ਸਵਾਲੀ ਬਣ ਕੇ ਨਾ ਜਾਈਏ ਆਪਾਂ ਸਾਫ ਸੁਥਰਾ ਮਿਲ ਕੇ ਆਈਏ ਠੀਕ ਹੈ ਜੇ ਕੁਝ ਕਰਨਾ ਵੀ ਹੈ ਫਿਰ ਬਟ ਉਹ ਉਹ ਆਪਾਂ ਗੱਲੇ ਨਹੀਂ ਕੀਤੀ ਕਦੇ ਯਾਰ ਐਵੇਂ ਕਹੀਏ ਮੈਂ ਕਦੇ ਮੈਸੇਜ ਦੇ ਵਿੱਚ ਵੀ ਨਹੀਂ ਕਹਿ ਸਕਿਆ ਹਨਾ ਦਿਲੇ ਨਹੀਂ ਕੀਤਾ ਜਿੱਦਾਂ ਹੁਣ ਐ ਹੁੰਦਾ ਵੀ ਯਾਰ ਕਿਉਂ ਯਾਰ ਕਿਸੇ ਨੂੰ ਐਵੇਂ ਸਵਾਲ ਪਾਉਣਾ ਬਾਈ ਬਾਈ ਨੂੰ ਕੋਈ ਪਰਸਨਲੀ ਵੀ ਮੈਂ ਸੈਂਡ ਕੀਤੀ ਸੀ ਇੰਸਟਾ ਤੇ ਨਾ ਜਿਹੜੇ ਸ਼ੇਅਰ ਸੀਗੇ ਮੇਰੇ ਕੋਲ ਤੇ ਮੈਨੂੰ ਉਦੋਂ ਇੱਕ ਬਾਈ ਹੁਣਾਂ ਦੇ ਪਿੰਡ ਦਾ ਹੀ ਆ ਮੁੰਡਾ ਆਪਣੇ ਨਾਲ ਗੱਲਬਾਤ ਵਧੀਆ ਉਹ ਬਾਈ ਨਾਲ ਰਹਿੰਦਾ ਉਹ ਤੇ ਨਾ ਉਹ ਤਾਂ ਮੈਨੂੰ ਆਇਆ ਵੀ ਸੀ ਮੈਂ ਸੀ ਕਹਿੰਦਾ ਬਾਈ ਬਹੁਤ ਖੁਸ਼ ਹਿਆ ਯਾਰ ਤੇਰੇ ਤੋਂ ਤੇ ਉਹ ਬਾਈ ਕਹਿ ਰਿਹਾ ਤੇ ਤੇਰੇ ਸ਼ੇਅਰ ਦੀ ਆਪਾਂ ਐਲਬਮ ਕਰਾਂਗੇ ਤੇ ਮੈਂ ਉਦੋਂ ਵਾਰੀ ਸੀਗਾ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਆਉਂਗਾ ਤਾਂ ਗੱਲ ਕਰੂੰਗਾ ਅੱਛਾ ਮਤਲਬ ਇੰਨਾ ਸਦ ਨੂੰ ਪਸੰਦ ਆਇਆ ਉਸ ਗਾਣੇ ਤੋਂ ਬਾਅਦ ਕਿ ਤੁਹਾਡੇ ਸ਼ੇਰਾਂ ਦੀ ਐਲਬਮ ਕਰਾਉਣੀ ਕਰਾਉਣੀ ਚਾਹੁੰਦੇ ਸੀ ਹਾਂਜੀ ਹਾਂਜੀ ਬਾਈ ਉਹ ਉਹਨੂੰ ਸਿਗਾ ਵੀ ਚੱ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਕਵਰ ਕਰਨ ਵਾਲੀਆਂ ਹਨ ਸਾਂਭੀਆਂ ਜਾਣਗੀਆਂ ਇੱਕ ਵਸੇ ਹੋ ਕੇ ਹਨ ਤੇ ਬਟ ਮੈਂ ਜਦੋਂ ਆਇਆ ਤਾਂ ਮੈਂ ਗੱਲੇ ਨਹੀਂ ਕਰ ਸਕਿਆ ਐਵੇਂ ਕਮਾ ਹਨਾ ਦਿਲੇ ਨਹੀਂ ਕੀਤਾ ਵੀ ਯਾਰ ਕੰਮ ਲਈਏ ਕਿਸੇ ਬੰਦੇ ਤੋਂ ਵਰਤੀਏ ਜਾਂ ਕਿਦਾਂ ਬਸ ਐਵੇਂ ਸਿੱਧੇ ਸਿੱਧੇ ਜਾਂ ਚੱਲੀ ਗਏ ਹਨਾ ਤੇ ਸਿੱਧੂ ਦੀ ਤੁਸੀਂ ਅਖੋਂ ਖਬਰ ਸੁਣੀ ਮੌਤ ਦੀ ਉਹਨਾਂ ਦਿਨ ਤੁਸੀਂ ਕਿੱਥੇ ਸੀ ਕਰਦੇ ਸੀ ਬਾਈ ਹਜੇ ਥੋੜਾ ਦੋ ਹੀ ਮਹੀਨੇ ਹੋਏ ਆ ਘਰੇ ਸੀਗਾ ਬਾਈ ਮੈਨੂੰ ਮੇਰੇ ਨਾ ਪਿੰਡ ਤੋਂ ਫਰੈਂਡ ਆ ਮੇਰਾ ਇੱਕ ਉਹਨੇ ਮੈਨੂੰ ਹੈਨਾ ਫੋਨ ਕੀਤਾ ਉਹਨੇ ਮੈਨੂੰ ਕਹਿੰਦਾ ਫੋਨ ਚੱਕ ਤੇ ਵੀਡੀਓ ਦੇਖਦ ਨੂੰ ਮੈਂ ਭੇਜੀ ਗਿਆ ਫੇਸਬੁੱਕ ਤੇ ਵੀ ਯਾਰ ਸਿੱਧੂ ਦੇ ਗੋਲੀਆਂ ਮਾਰਤੀਆਂ ਕਿਸ ਨੇ ਮੈਨੂੰ ਐ ਲੱਗਾ ਮੈਂ ਹੈਗਾ ਉਹੀ ਮਜ਼ਾਕ ਕਰਦਾ ਹਨਾ ਮੈਂ ਦੇਖਿਆ ਫੇਸਬੁੱਕ ਤੇ ਤੁਸੀਂ ਵੀ ਵੀਡੀਓ ਦੇਖੀ ਹੋਣੀ ਬਈ ਉਹ ਤੇ ਉਹ ਨਾ ਜਿਹੜੇ ਬੰਦੇ ਚੱਕ ਰਹੇ ਆ ਨਾ ਕਿਉਂਕਿ ਪਹਿਲਾਂ ਤਾਂ ਪਤਾ ਨਹੀਂ ਲੱਗ ਰਿਹਾ ਕੌਣ ਹੈ ਆ ਅੰਦਾਜ਼ਾ ਜਿਹਾ ਮੈਨੂੰ ਮੈਨੂੰ ਉਦੋਂ ਤੱਕ ਵੀ ਲੱਗਾ ਜਦ ਤੱਕ ਮੈਂ ਫੇਸ ਨਹੀਂ ਦੇਖਿਆ ਕਿਉਂਕਿ ਫੇਸ ਵੀ ਇੱਕ 1.5 ਮਿੰਟ ਬਾਅਦ ਦਿਖਾਇਆ ਗਿਆ ਹਨਾ ਮੈਨੂੰ ਲੱਗੀ ਗਿਆ ਮੈਂਗਾ ਯਾਰ ਉਹੀ ਫੇਕਈਆ ਮੈਂ ਕਿਹਾ ਹਨਾ ਕਿਉਂਕਿ ਪਹਿਲਾਂ ਤੋਂ ਇਦਾਂ ਦਾ ਕੁਝ ਹੁੰਦਾ ਆਇਆ ਫੇਕ ਹਨਾ ਬਣਦਾ ਸੀ ਪਰ ਜਦੋਂ ਬਈ ਉਹ ਫੇਸ ਦਿਖਾਇਆ ਯਾਰ ਉਦੋਂ ਯਾਨੀ ਤੜਕਨ ਤੇਜ਼ ਹੋ ਗਈ ਵੀ ਹਾਂ ਇਹ ਕੀ ਹੋ ਰਿਹਾ ਹਨਾ ਪਰ ਯਕੀਨ ਮੰਨਿਓ ਬਈ ਉਹ ਜਦੋਂ ਤੱਕ ਮੌਤ ਦੀ ਖਬਰ ਨਹੀਂ ਆਈ ਉਦੋਂ ਤੱਕ ਵੀ ਐਂ ਲੱਗਾ ਵੀ ਚਲ ਬੱਜ ਗਈਆਂ ਹੋਣਗੀਆਂ ਗੋਲੀਆਂ ਕੋਈ ਨਹੀਂ ਪਰ ਇਹ ਜਾਂਦਾ ਕਿਤੇ ਨਹੀਂ ਯਾਰ ਇਹ ਬੱਜੂਗਾ ਬਈ ਕਿਉਂਕਿ ਉਹ ਮੈਂ ਤਾਂ ਬਹੁਤ ਤਰੀਕ ਯਾਨੀ ਗਹਿਰਾ ਜੁੜਿਆ ਸੀ ਉਸ ਬੰਦੇ ਨਾਲ ਮੈਂ ਦੇਖਦਾ ਸੀ ਕਿ ਇੱਕ ਇੱਕ ਟਾਈਮ ਇਹ ਬੰਦਾ ਡੈੱਡ ਡੈੱਡ ਲੱਗਦਾ ਸੀ ਵੀ ਇਹਦਾ ਕਰੀਅਰ ਖਤਮ ਹੋ ਗਿਆ ਯਾਰ ਇਨੀਆਂ ਕੌਂਟਰਵਰਸੀਆਂ ਬਣ ਗਈਆਂ ਇਨਨੇ ਲੋਕ ਖਿਲਾਫ ਹੋ ਗਏ ਹੁਣ ਵੀ ਜਦੋਂ ਵੋਟਾਂ ਚ ਬਾਈ ਹਾਰਿਆ ਵੀ ਉਸ ਤੋਂ ਬਾਅਦ ਐ ਲੱਗਾ ਵੀ ਸਾਰਾ ਪੰਜਾਬ ਦੇ ਖਿਲਾਫ ਹੋ ਗਿਆ ਹੁਣ ਨਹੀਂ ਇਹ ਪੈਰਾਂ ਤੇ ਆਉਂਦਾ ਪਰ ਇੱਕਦਮ ਹੀ ਇੱਕੋ ਗਾਣੇ ਦੇ ਇੱਕੋ ਗਾਣਾ ਕਰਦਾ ਸੀ ਹਵਾ ਇੱਕਦਮ ਉਹਦੇ ਹਲਦੀ ਝੁੱਲ ਜਾਂਦੀ ਸੀ ਮੈਨੂੰ ਹੁਣ ਵੀ ਲੱਗਦਾ ਸੀ ਮੈਂ ਕਿ ਗੋਲੀਆਂ ਜਿੰਨੀਆਂ ਮਰਜ਼ੀ ਵੱਜ ਗਈਆਂ ਹੁਣ ਇਹ ਬੰਦਾ ਜਾਂਦਾ ਨਹੀਂ ਕਿਤੇ ਵੀ ਇਹ ਤੇ ਮੇਰੇ ਰੱਬ ਦੀ ਤੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਖਬਰ ਆਉਂਦੀ ਆ ਹਨਾ ਵੀ ਐਦਾਂ ਹੋ ਗਿਆ ਬਸ ਫਿਰ ਇਧਰੋਂ ਉਧਰੋਂ ਫੋਨ ਆਏ ਬਾਈ ਪਰ ਫਿਰ ਤਾਂ ਫਿਰ ਦੱਸੇ ਨਹੀਂ ਸਕਦੇ ਫਿਰ ਕੀ ਹਨਾ ਕਿਦਾਂ ਰਾਤ ਲੰਗੀ ਆ ਉਹ ਕਹਿਣ ਦਾ ਮਤਲਬ ਆ ਤੇ ਯਕੀਨ ਦੀ ਗੱਲ ਕਰੀਏ ਯਕੀਨ ਹੁਣ ਤੱਕ ਵੀ ਨਹੀਂ ਆ ਰਿਹਾ ਬਈ ਯਕੀਨ ਯਕੀਨ ਤਾਂ ਆਉਣਾ ਵੀ ਨਹੀਂ ਹੈਗਾ ਇਸ ਕਰਕੇ ਨਹੀਂ ਆਉਣਾ ਕਿ ਕੋਈ ਆਵਾਜ਼ ਜਿਹੜੀ ਬੰਦੇ ਦੀ ਗੂੰਜੀ ਜਾਂਦੀ ਹੈ ਹਮੇਸ਼ਾ ਆਪਾਂ ਇੰਸਟਾ ਖੋਲਦੇ ਹਾਂ ਫੇਸਬੁਕ ਖੋਲਦੇ ਹਰੇਕ ਬੱਲੇ ਬੰਦਾ ਮੋਰੇ ਕੋ ਮੀ ਜਾਂਦਾ ਤੇ ਉਹ ਕਿਦਾਂ ਭੁੱਲੂਗਾ ਬੰਦਾ ਹਨਾ ਸਿੱਧੂ ਦੇ ਜਦੋਂ ਤੁਸੀਂ ਗਾਣੇ ਸੁਣਦੇ ਸੀ ਹਨਾ ਜਾਂ ਜਿਹੋ ਜੀ ਲਿਖਤ ਸੀ ਉਹਦੀ ਕੀ ਮਹਿਸੂਸ ਕਰਦੇ ਸੀ ਹਨਾ ਉਹ ਉਹਦੀ ਲਿਖਤ ਦੇ ਵਿੱਚੋਂ ਬਈ ਉਹਦੀ ਉਹਦੀ ਲਿਖਤ ਦੀ ਗੱਲ ਜੇ ਕਰੀਏ ਹਨਾ ਕਈ ਕਹਿੰਦੇ ਸੀ ਫੁਕਰੀਆਂ ਮਾਰਦਾ ਬੇਹੰਕਾਰੀ ਹੋ ਗਿਆ ਇਦਾਂ ਦਾ ਕੁਝ ਯਾਰ ਇਹ ਤੋਂ ਹਟ ਕੇ ਜੇ ਮੈਂ ਗੱਲ ਕਰਾਂ ਹਨ ਮੈਨੂੰ ਐ ਸੀਗਾ ਵੀ ਬੰਦਾ ਇੱਕ ਆਪਣੀ ਲਾਈਫ ਲਿਖ ਰਿਹਾ ਹਨ ਫਿਰ ਉਹਦੀ ਉਹਦੀਆਂ ਲਿਖਤਾਂ ਚ ਬਹੁਤ ਜ਼ਿਕਰ ਕੀਤਾ ਉਹਨੇ ਹਨਾ ਵੀ ਮੇਰੀ ਮੌਤ ਮੇਰੀ ਮੌਤ بار بار ਕਰਦਾ ਇਦਾਂ ਮਰਨਾ ਮੈਂ ਇਦਾਂ ਗੋਲੀ ਵੱਜਣੀ ਇਦਾਂ ਮੈਨੂੰ ਹੁੰਦਾ ਵੀ ਸੀਗਾ ਮੈਂ ਕਹਾਂ ਯਾਰ ਇਹ ਬੰਦੇ ਨਾ ਕਿਤੇ ਹੋ ਨਾ ਜਾਵੇ ਯਾਰ ਇਦਾਂ ਦਾ ਕੁਝ ਹਨਾ ਅੱਛਾ ਤੁਹਾਨੂੰ ਇੱਕ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸਦਾ ਬਈ ਨਾ ਇੱਕ ਇੱਕ ਗਾਣਾ ਲਿਖਿਆ ਸੀ ਮੈਂ ਉਹਦੀਆਂ ਚਾਰ ਕੱਲੇ ਨਾ ਤੁਹਾਨੂੰ ਮੈਂ ਵੈਸੇ ਬੋਲ ਕੇ ਦੱਸਦਾ ਜਿਦਾ ਆਪਾਂ ਕਹਿੰਦੇ ਬਈ ਕੋਈ ਬੰਦਾ ਅਣਖੀ ਆ ਯਾਰ ਹਨਾ ਬੜੀ ਯੁਰਤ ਆ ਬੰਦੇ ਬੈਲੀ ਕਹੋਂਦਾ ਕੋਈ ਬਦਮਾਸ਼ ਹੁਣ ਵੀ ਜਿਹੜੇ ਗਾਣੇ ਗੋਣੇ ਲਿਖਦੇ ਮੁੰਡੇ ਉੱਤੇ ਕੋਈ ਸ਼ਾਇਰੀ ਕਰਦਾ ਕੋਈ ਇਦਾਂ ਹਨਾ ਪਰ ਮੈਂ ਇੱਕ ਮਾਪਦੰਡ ਜਾਨੀ ਜੇ ਮੇਰੇ ਦਿਮਾਗ ਨਾਲ ਮੈਂ ਇੱਕ ਮਾਪਦੰਡ ਸੋਚਾਂ ਨਾ ਵੀ ਅਣਖੀ ਬੰਦਾ ਕੀ ਹੁੰਦਾ ਮੈਂ ਇੱਕ ਮੈਂ ਚਾਰ ਕਿਲਿਆਂ ਨੇ ਲਿਖਿਆ ਕਹਿੰਦਾ ਕਹਿੰਦਾ ਮਾਰ ਮਾਰ ਕੂਕਾਂ ਲੈ ਲੈ ਹੱਥਾਂ 'ਚ ਬੰਦੂਕਾਂ ਪੁੱਤ ਫੋਟੋਆਂ ਕਰਾਉਣੀਆਂ ਹੀ ਸੌਖੀਆਂ ਸੌਖੇ ਹੀ ਨੇ ਹੁੰਦੇ ਬਸ ਮਾਰਨੇ ਪਰਿੰਦੇ ਪਰ ਹਿੱਕਾਂ ਤੇ ਚਲਾਉਣੀਆਂ ਨੇ ਔਖੀਆਂ ਗੱਲਾਂ 'ਚ ਹਨੇਰੀਆਂ ਨਾਲ ਦਿਲਾਂ 'ਚ ਦਲੇਰੀਆਂ ਜੋ ਘੋੜੇ ਕਦੇ ਲੱਗੇ ਨਹੀਂ ਡਬਾ ਨੂੰ ਸੋਭਦੇ ਸੱਚਮੁੱਚ ਹੁੰਦੇ ਨੇ ਜੋ ਬੰਦੇ ਅਣਖੀ ਉਹ ਪੁੱਤ ਉਮਰਾਂ ਕਦੇ ਉਹ ਲੰਬੀਆਂ ਨਹੀਂ ਭੋਗਦੇ ਇਹ ਮੇਰਾ ਇਹ ਮੇਰੇ ਹਿਸਾਬ ਨਾਲ ਇੱਕ ਮਾਪਦੰਡਿਆ ਵੀ ਜਿਹੜੇ ਸੱਚਮੁੱਚ ਜਿਹੜੇ ਅਣਖੀ ਬੰਦੇ ਆ ਨਾ ਉਹ ਉਮਰ ਨਹੀਂ ਭੋਗਦੇ ਬਾਈ ਜੇ ਕੋਈ ਬੰਦਾ ਹੋ ਗਿਆ ਨਾ 80 90 100 ਸਾਲ ਦਾ ਹੋ ਕੇ ਆਪਣੀ ਮੌਤੇ ਮਰਿਆ ਤੇ ਬਾਅਦ ਲੋਕ ਕਹਿੰਦੇ ਅਣਖੀ ਬੜਾ ਸੀ ਮੈਂ ਕਹਿੰਦਾ ਕਿਤੇ ਨਾ ਕਿਤੇ ਸਮਝੌਤਾ ਕੀਤਾ ਹੋਊਗਾ ਯਾਰ ਪਿਓਰ ਅਣਖ ਨਹੀਂ ਹੋਊਗੀ ਬੰਦੇ ਦੇ ਵਿੱਚ ਪਿਓਰ ਅਣਖੀ ਚਾਹੀ ਬਾਈ ਆਪਾਂ ਬਈ ਦੀਪ ਸਿੱਧੂ ਦੀ ਗੱਲ ਕਰ ਲਈਏ ਜਦੋਂ ਪਿ ਉਹ ਉਹਨੂੰ ਇਹ ਮੌਤ ਆਉਣੀ ਆ ਇਹ ਮੇਰਾ ਇਹ ਮੇਰੇ ਮੇਰੇ ਮਾਈਂਡ ਦਾ ਇੱਕ ਮਾਪਦੰਡਿਆ ਬਈ ਇਸ ਚੀਜ਼ ਦਾ ਵੀ ਜੇ ਅਣਖੀ ਆ ਕਿਉਂਕਿ ਆਪਣਾ ਕਿਉਂਕਿ ਸ਼ਾਇਦ ਮੈਨੂੰ ਵੀ ਇਹ ਮੇਰੀ ਮੈਨੂੰ ਵੀ ਆਪਣੇ ਇਤਿਹਾਸ ਪੜ੍ਹ ਕੇ ਆਪਾਂ ਨੂੰ ਆ ਰਿਹਾ ਪਤਾ ਲੱਗ ਰਿਹਾ ਹਨਾ ਇਹ ਚੀਜ਼ਾਂ ਵੀ ਜਿਹਦੇ ਵਿੱਚ ਪਿਓ ਰਣਖਾ ਜਿਹੜਾ ਪਿਓ ਅਨਾ ਬੰਦਾ ਸਟੈਂਡ ਵਾਲਾ ਹੋਊਗਾ ਉਹਨੂੰ ਜ਼ਿੰਦਗੀ ਪੂਰੀ ਨਹੀਂ ਜੀਣ ਦੇਣੀ ਨਾ ਲੋਕਾਂ ਨੇ ਕਿਉਂਕਿ ਉਹ ਉਹਦਾ ਜਮੀਰ ਮਰਦਾ ਨਹੀਂ ਹੈਗਾ ਉਹਦਾ ਸਰੀਰ ਮਾਰਨਾ ਪੈਣਾ ਬਈ ਉਹਨੂੰ ਸਰੀਰ ਤੌਰ ਤੇ ਤਾਂ ਖਤਮ ਕਰ ਕਰੂਗੀ ਇਹ ਦੁਨੀਆ ਜਾਂ ਫਿਰ ਕਿਤੇ ਨਾ ਕਿਤੇ ਸਮਝੌਤਾ ਕੋਈ ਨਾ ਕੋਈ ਕੰਪਰੋਮਾਈਜ਼ ਕਰ ਲੂਗਾ ਫਿਰ ਸ਼ਾਇਦ ਉਮਰ ਆਪਣੀ ਭੋਗ ਲੂਗਾ ਤੇ ਮੈਂ ਇਹ ਇਹ ਜਿਹੜੀਆਂ ਲਾਈਨਾਂ ਤੁਹਾਨੂੰ ਮੈਂ ਸੁਣਾ ਕੇ ਛੱਡਿਆ ਮੈਂ ਤਕਰੀਬਨ 2 2.5 ਸਾਲ ਪਹਿਲਾਂ ਦੀਆਂ ਲਿਖੀਆਂ ਆ ਤੇ ਮੈਂ ਸੋਚਦਾ ਹੁੰਦਾ ਹੈਗਾ ਮੈਂ ਕਿਹਾ ਵੀ ਆ ਜਿਹੜੀਆਂ ਲਾਈਨਾਂ ਲਿਖੀਆਂ ਆ ਵੀ ਮੈਂ ਸਿੱਧੂ ਦੀ ਸਿੱਧੂ ਬਾਰੇ ਵੀ ਸੋਚਦਾ ਹੁੰਦਾ ਹੋਣਾ ਹੈਗਾ ਇਸ ਗੱਲ ਤੋਂ ਮੈਨੂੰ ਲੱਗਦਾ ਹੁੰਦਾ ਸੀ ਵੀ ਜੇ ਜਿੱਦਾਂ ਦੀ ਪਾਇਓਰਟੀ ਆ ਇਹਦੇ ਵਿੱਚ ਹਨਾ ਕਿਤੇ ਵੀ ਝੁਕਣ ਦਾ ਨਾਮ ਨਹੀਂ ਲੈ ਰਿਹਾ ਹਨਾ ਮੈਨੂੰ ਸੱਚੀ ਲੱਗਦਾ ਹੁੰਦਾ ਸੀ ਵੀ ਬੰਦੇ ਨਾਲ ਕੁਛ ਨਾ ਕੁਛ ਵਾਪਰ ਨਾ ਜਾਵੇ ਯਾਰ ਇਦਾਂ ਦਾ ਤੇ ਹੁਣ ਜਦੋਂ ਮੈਂ ਆਹ ਲੈਣਾ ਤੁਹਾਨੂੰ ਸੁਣਾਈਆਂ ਹੁਣ ਤਾਂ ਤੁਹਾਨੂੰ ਵੀ ਅੰਦਾਜ਼ਾ ਹੋਇਆ ਗਿਆ ਹੋਊਗਾ ਵੀ ਉਹ ਬੰਦਾ ਇਹਨਾਂ ਗੱਲਾਂ ਤੇ ਪੂਰਾ ਖਰਾ ਉਤਰਿਆ ਤੇ ਮੈਂ ਜੇ ਹੁਣ ਉਹਦੇ ਬਾਰੇ ਸੋਚਾਂ ਤਾਂ ਮੈਂ ਇਹੀ ਇਹੀ ਮੈਂ ਅਜੇ ਵੀ ਮੈਂ ਦਿਮਾਗ 'ਚ ਸੋਚਦਾ ਵੀ ਉਹ ਪਿਓਰ ਇਹਨਾਂ ਲਾਈਨਾਂ ਦੇ ਉੱਤੇ ਖਰਾ ਉਤਰ ਕੇ ਉਹ ਸੱਚਮੁੱਚ ਪਿਓਰਟੀ ਸੀਗੀ ਭਾਈ ਉਹਦੀ ਉਹਦੀ ਅਣਖ ਦੇ ਵਿੱਚ ਕਿਤੇ ਵੀ ਸਮਝੌਤਾ ਨਹੀਂ ਸੀਗਾ ਕਿਤੇ ਵੀ ਐ ਨਹੀਂ ਸੀਗਾ ਕਿ ਮਾੜਾ ਜਿਹਾ ਬੇਸ਼ਕੀ ਮਾੜਾ ਮੋਟਾ ਯਾਰ ਆਪਣਾ ਟਾਈਮ ਜਬੁੱਤਾ ਜਲਾ ਲਈਏ ਟਾਈਮ ਸਾਰ ਲਈਏ ਇਦਾਂ ਨਹੀਂ ਭਾਈ ਐਨ ਉ ਐਨ ਅਣਖਣ ਵਾਲੇ ਬਾਈ ਜੀ ਕੇ ਗਿਆ ਬਾਕੀ ਇੰਨਾ ਅੰਦਾਜ਼ਾ ਯਾਰ ਮੈਨੂੰ ਕਿਹਾ ਸਾਰੇ ਪੰਜਾਬ ਨੂੰ ਜੇ ਜਿਤਨੇ ਵੀ ਉਹਨੂੰ ਸੁਣਦੇ ਸੀ ਪਤਾ ਲੱਗ ਜਾਂਦਾ ਬੰਦੇ ਦੀ ਲਿਖਤ ਦੇ ਵਿੱਚ ਜਿਹੜੀਆਂ ਗੱਲਾਂ ਉਹ ਕਰ ਰਿਹਾ ਹਨਾ ਵੀ ਕੁਝ ਹੋ ਨਾ ਜਾਵੇ ਕਈ ਤਾਂ ਬਾਈ ਉਹ ਉਹਦੇ ਤੋਂ ਜੈਲ ਸੀ ਕਰਨ ਵਾਲੇ ਵੀ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਇਹਦੇ ਇਹਨੇ ਜਾਂਦਾ ਲੱਗਣਾ ਬਈ ਇਹਨੇ ਜਾਂਦਾ ਲੱਗਣਾ ਤਾਂ ਮੈਂ ਉਹਨਾਂ ਨੂੰ ਕਈ ਵਾਰ ਜਵਾਬ ਦਿੰਦਾ ਹੁੰਦਾ ਸੀ ਮੈਂ ਕਿਹਾ ਯਾਰ ਆ ਜਾਂਦੇ ਤਾਂ ਅਸੀਂ ਵੀ ਲੱਗਣਾ ਯਾਰ ਤੁਸੀਂ ਨਹੀਂ ਜਾਂਦੇ ਲੱਗਣਾ ਮਰਨਾ ਤਾਂ ਹਰੇਕ ਨੇ ਆ ਬਾਈ ਕਿਸੇ ਨੇ ਲੱਤਾਂ ਘੜੀ ਸਕੇ ਮਰ ਜਣਾ ਤੇ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਮਰ ਜਾਣਾ ਮਰਨਾ ਸੱਚ ਆ ਬਈ ਮਰਨੇ ਤੋਂ ਹੀ ਮੁਨਕਰ ਨਹੀਂ ਹੈਗੇ ਪਰ ਵੱਡੀ ਗੱਲ ਆ ਮੌਤ ਕਿੱਦਾਂ ਦੀ ਆਉਂਦੀ ਬੰਦੇ ਨੂੰ ਬਿਮਾਰੀਆਂ ਨਾਲ ਵੀ ਮਰਦੇ ਆ ਲੋਕ ਹਨਾ ਕੋਈ ਰਾਤ ਨੂੰ ਸੁੱਤਾ ਵੀ ਰਹਿ ਜਾਂਦਾ ਹਨਾ ਤੇ ਕਈ ਇਦਾਂ ਅਣਖ ਤੇ ਤੇ ਦੂਜੀ ਦੂਜੀ ਗੱਲ ਇਹ ਆ ਮਰਨੇ ਤੋਂ ਬਾਅਦ ਯਾਦ ਰਹਿਣਾ ਬੰਦੇ ਦਾ ਅੱਜ ਵੀ ਉਹ ਉਹਦਾ ਜ਼ਿਕਰ ਹੁੰਦਾ ਤਾਂ ਅੱਖਾਂ 'ਚ ਪਾਣੀ ਆ ਜਾਣਾ ਹਨਾ ਇਹ ਹਰੇਕ ਦੇ ਨਸੀਬ ਨਹੀਂ ਹੈਗਾ ਬਈ ਇੱਥੇ ਤਾਂ ਜਦ ਲਾਸ਼ ਬੰਦੇ ਦੀ ਸੰਸਕਾਰ ਹੋ ਜਾਂਦਾ ਘਰ ਨੂੰ ਆਉਂਦੇ ਆਉਂਦੇ ਲੋਕ ਹੱਸ ਹੱਸਦੇ ਆਉਂਦੇ ਯਾਰ ਵੀ ਚਲੋ ਨਿਬੜ ਗਿਆ ਹਨ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ ਹਨ ਪਰ ਅੱਜ ਵੀ ਉਹਨੂੰ ਉਹਨੂੰ ਚੇਤ ਮੈਂ ਤੁਹਾਨੂੰ ਦੱਸ ਦਾਂ ਮੈਂ ਜਦੋਂ ਮੇਰੀ ਮਾਤਾ ਗੁਜ਼ਰੇ ਸੀ ਮੈਂ ਬਾਹਰ ਸੀਗਾ ਬਾਈ ਮੈਂ ਕਹਿੰਦਾ ਜਿੰਨਾ ਦੁੱਖ ਮੈਨੂੰ ਮੇਰੀ ਮਾਂ ਦਾ ਹੋਇਆ ਸੀਗਾ ਨਾ ਉਹਦੇ ਉਹਦੇ ਨਾਲੋਂ ਵੱਧੇ ਕਹਿ ਸਕਦਾ ਹਨ ਬਈ ਇਹ ਸਿੱਧੂ ਦਾ ਬਈ ਹੋਇਆ ਸ਼ਾਇਦ ਇਸ ਕਰਕੇ ਕਿ ਇਹ ਬੰਦਾ ਜੇ ਭਰੀ ਜਵਾਨੀ ਸੀਗਾ ਇਹਨੇ ਬਹੁਤ ਕੁਝ ਕਰਨਾ ਸੀਗਾ ਇੱਕ ਇੱਕ ਕ੍ਰੀਏਟਿਵ ਮਾਈਂਡ ਸੀਗਾ ਯਾਰ ਐਦਾਂ ਦਾ ਮਾਈਂਡ ਯਾਰ ਮੈਂ ਹੈਰਾਨ ਆ ਜਦੋਂ ਤੁਹਾਨੂੰ ਲੱਗਣ ਲੱਪੰਦਾ ਨਾ ਵੀ ਆਹ ਗੱਲ ਜਿਹੜੀ ਆ ਇੱਥੇ ਇਹ ਗਲਤ ਏ ਬਈ ਇਹ ਬੰਦਾ ਸਾਰੇ ਪੰਜਾਬ ਨੂੰ ਲੱਗਦਾ ਹੀ ਵੀ ਇਹ ਗਲਤ ਏ ਸਾਰਿਆਂ ਦੀ ਮੈਂਟੈਲਿਟੀ ਕਹਿੰਦੀ ਹੀ ਬਈ ਇਹ ਰੋਂਗ ਏ ਯਾਰ ਇੱਕ ਬੰਦਾ ਉਸੇ ਬੇਲੇ ਆਪਣੇ ਆਪ ਨੂੰ ਸਹੀ ਸਾਬਤ ਕਰਕੇ ਦਿਖਾ ਲੈਂਦਾ ਸੀ ਵੀ ਕਿੱਦਾਂ ਗਲਤ ਏ ਆਜੋ ਦੱਸੋ ਆ ਗਾਣਾ ਜਿਹੜਾ ਬੋਟਾਂ ਤੋਂ ਬਾਅਦ ਕੀਤਾ ਹੁਣ ਮੈਨੂੰ ਦੱਸੋ ਇਹ ਗਦਾਰ ਲੋਕੋ ਕੌਣ ਹਨ ਤੁਸੀਂ ਸੋਚ ਸਕਦੇ ਆ ਕਿ ਇਦਾਂ ਦਾ ਗਾਣਾ ਤੇ ਇਹ ਵੀ ਗੱਲ ਹੋ ਸਕਦੀ ਆ ਜੀ ਮੈਂ ਤੁਹਾਨੂੰ ਕਹਾਂ ਜਿਸ ਤਰ੍ਹਾਂ ਹੁਣ ਤੁਸੀਂ ਹਨਾ ਸੁਣਾਈਆਂ ਜੜੀਆਂ ਚਾਰ ਲਾਈਨਾਂ ਤੁਸੀਂ ਆਪਣੀਆਂ ਹੋਰ ਕੋਈ ਸਿੱਧੂ ਦੀ ਸਿਫਤ ਚ ਜੋ ਲਿਖਿਆ ਹਨਾ ਉਹਦੇ ਲਈ ਜਾਂ ਉਹ ਉਹਨੂੰ ਉਹਨੂੰ ਉਹਦੇ ਨਾਲ ਗਾਉਣ ਦੇ ਲਈ ਜੋ ਲਿਖਿਆ ਸੀਗਾ ਹਨਾ ਤਾਂ ਤੁਸੀਂ ਸੁਣਾ ਸਕੋਗੇ ਤੁਹਾਨੂੰ ਯਾਦ ਆਤ ਬਈ ਮੈਂ ਹਨਾ ਇੱਕ ਗਾਣਾ ਹਨਾ ਮੈਂ ਲਿਖਿਆ ਹੈ ਸੀਗਾ ਯਾਨੀ ਬਣਾਇਆ ਸੀਗਾ ਰਿਕਾਰਡ ਹੈ ਬਈ ਉਹ ਗਾਣਾ ਉਹਦੇ ਚ ਮੈਂ ਬਈ ਸਿੱਧੂ ਦਾ ਜ਼ਿਕਰ ਕੀਤਾ ਸੀਗਾ ਤੇ ਉਹ ਮੇਰੇ ਦਿਮਾਗ 'ਚ ਸੀਗਾ ਹਨਾ ਮੈਂ ਕਿਹਾ ਚੱਲ ਜਦੋਂ ਇਹ ਗਾਣਾ ਰਿਕਾਰਡ ਹੈਗਾ ਉਹ ਗਾਣਾ ਮੇਰੇ ਕੋਲ ਬਟ ਉਹ ਵੀਡੀਓ ਨਹੀਂ ਅਦੀ ਕੀਤੀ ਉਹਦੀ ਅੱਛਾ ਮੇਰੇ ਦਿਲ 'ਚ ਸੀਗਾ ਮੈਂ ਕਹਿੰਦਾ ਉਹ ਮਿਲਿਆ ਨਾ ਬਾਈ ਨਾਲ ਜ਼ਿਕਰ ਕਰੂੰਗਾ ਕਿਉਂਕਿ ਮੈਂ ਬਾਹਰ ਹੀ ਜਦੋਂ ਸੀਗਾ ਮੈਂ ਉਦੋਂ ਦਾ ਸੋਚਦਾ ਸੀ ਮੈਂ ਕਿ ਕਿਸੇ ਨਾ ਕਿਸੇ ਗਾਣੇ 'ਚ ਬਾਈ ਦਾ ਜ਼ਿਕਰ ਆਪਾਂ ਉਹ ਸਾਰੀ ਯਾਦ ਇੱਕ ਵਾਰ ਤਾਜ਼ਾ ਕਰਾਂਗੇ ਉਹ ਲਾਈਨਾਂ ਸੀਗੀਆਂ ਕੁਛ ਕਹਿੰਦਾ ਕਹਿੰਦਾ ਹੋਈ ਟਿੱਬਿਆਂ ਦੇ ਪੁੱਤ ਤੋਂ ਪਛਾਣ ਜੱਟ ਦੀ ਉਂਝ ਤਾਂ ਰਕਾਨੇ ਸੀ ਨਹੀਂ ਕੌਣ ਜਾਣਦਾ ਦਿਲੋਂ ਸ਼ੁਕਰਾਨਾ ਕਰਾਂ ਉਸ ਜੱਟ ਦਾ ਪਿੰਡ ਯਮੂਸਾ ਨਹੀਂ ਜਿਹਦਾ ਜ਼ਿਲ੍ਹਾ ਮਾਨਸਾ ਚੂਲ ਚ ਲਗਾਏ ਮੁੰਡਾ ਫਾਲੇ ਵੰਗਰਾਂ ਚੱਲਿਆ ਕੋਈ ਨਹੀਂ ਮੂਸੇ ਵਾਲੇ ਵੰਗਰਾਂ ਜਿਉਂਦੇ ਜੀ ਕਿਸੇ ਨੂੰ ਅੱਖੇ ਛਾਉਣ ਨਹੀਂ ਦੇਣਾ ਇਹ ਹੁਣ ਹੈਗਾ ਤਾਂ ਪੂਰੇ ਪੂਰਾ ਪਹਿਰਾ ਹੈ ਚਲੋ ਮੈਂ ਉਹ ਕੁਝ ਹੋਰ ਲੈਣਾ ਵਖਰੀਆਂ ਆ ਪਰ ਮੈਂ ਸੋਚਿਆ ਹੈ ਸੀਗਾ ਦਿਮਾਗ 'ਚ ਮੈਂ ਕਿਹਾ ਹਨਾ ਬਾਈ ਕੋਲ ਜਾਵਾਂਗੇ ਤਾਂ ਉਹਨੂੰ ਸੁਣਾਉਂਗਾ ਯਾਰ ਉਹ ਉਹਨੂੰ ਵੀ ਖੁਸ਼ੀ ਹੋਊਗੀ ਹਨਾ ਬੇ ਬੰਦੇ ਨੇ ਦੁਬਾਰਾ ਫੇਰ ਉਹ ਜ਼ਿਕਰ ਕੀਤਾ ਉਸ ਚੀਜ਼ ਦਾ ਹਨਾ ਤੇ ਬਸ ਇਹ ਚੀਜ਼ਾਂ ਰਹਿ ਗਈਆਂ ਯਾਰ ਇਹ ਇਹ ਦਿਮਾਗ 'ਚ ਰਹਿ ਗਈਆਂ ਬਈ ਇਹ ਇਹ ਪੂਰੀਆਂ ਹੋਣੀਆਂ ਬਈ ਜੇ ਮੈਂ ਮਤਲਬ ਪੁੱਛਾਂ ਕਿ ਕਿਹੜੀਆਂ ਕਿਹੜੀ ਗੱਲ ਆ ਜਾਂ ਕਿਹੜੀ ਚੀਜ਼ ਉਹਨੂੰ ਸਭ ਤੋਂ ਵੱਧ ਪਸੰਦ ਸੀ ਤਾ ਜਾਂ ਸਿੱਧੂ ਦੇ ਜਾਣ ਤੋਂ ਬਾਅਦ ਵੀ ਕਿਹੜੀ ਗੱਲ ਆ ਸਿੱਧੂ ਦੀ ਜਿਹੜੀ ਵਾਰ-ਵਾਰ ਤੁਹਾਨੂੰ ਯਾਦ ਆਉਂਦੀ ਆ ਯਾਦ ਬਈ ਉਹਦੀ ਇੱਕੋ ਗੱਲ ਮੈਨੂੰ ਖਾਸ ਕਰਕੇ ਯਾਦ ਆਉਂਦੀ ਹੈ ਜਿਹੜੀ ਉਹ ਥਾਪੀ ਮਾਰ ਕੇ ਕਹਿੰਦਾ ਹੁੰਦਾ ਹੈਗਾ ਨਾ ਬੇ ਸਾਡੀ ਜੰਗ ਜਿਹੜੀ ਆ ਉਹ ਗੋਰੇ ਕਾਲਿਆਂ ਦੇ ਨਾਲ ਆ ਇੱਥੇ ਸਾਡੀ ਜੰਗ ਨਹੀਂ ਹੈਗੀ ਇਹਨਾਂ ਕਲਾਕਾਰ ਆ ਇਹ ਤਾਂ ਐਵੇਂ ਹੀ ਕੰਪੇਅਰ ਕਰੀ ਜਾਂਦੇ ਆਪਣੇ ਆਪ ਨਾਲ ਮੈਨੂੰ ਐ ਦੁੱਖ ਲੱਗਦਾ ਬੇ ਇਹ ਐਸਾ ਕ੍ਰੀਏਟਿਵ ਮਾਈਂਡ ਜਿਹੜਾ ਖਤਮ ਕਰ ਦਤਾ ਤਾਂ ਬਾਈ ਮੈਂ ਫੇਰ ਕਹਿੰਦਾ ਮਰਨਾ ਸੱਚਿਆ ਕਈ ਵਾਰ ਕਰੀਬੀ ਮੇਰੇ ਆਪਣੇ ਕਰੀਬੀਆਂ ਚ ਵੀ ਬਹੁਤ ਗਏ ਹੋਣਗੇ ਨੌਜਵਾਨ ਮੁੰਡੇ ਐਸੀ ਗੱਲ ਨਹੀਂ ਪਰ ਇੱਕ ਯੂਨੀਕਨੈਸ ਸੀ ਯਾਰ ਉਹਦੇ ਵਿੱਚ ਉਹ ਬਹੁਤ ਕੁਝ ਕਰਕੇ ਦਿਖਾ ਸਕਦਾ ਸੀ ਹੁਣ ਐਸਵਾਈਐਲ ਗਾਣੇ ਦੀ ਗੱਲ ਆ ਕੱਲੇ ਐਸਵਾਈਐਲ ਦੇ ਵਿੱਚ ਜਿਹੜਾ ਇੱਕ 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 ਪੈਰਾ ਆ ਜਿਹਦੇ ਵਿੱਚ ਬਲਵਿੰਦਰ ਜਟਾਣਾ ਨਾਮ ਲਿਆ ਗਿਆ ਸਰਚਾਂ ਬੱਜੀਆਂ ਪਤਾ ਲੱਗਿਆ ਨੌਜਵਾਨਾਂ ਤੱਕ ਪਤਾ ਲੱਗਿਆ ਵੀ ਐਸਬੀਐਲ ਦਾ ਮੁੱਦਾ ਹੈ ਕੀ ਆ ਇਦਾਂ ਦਾ ਕੁਛ ਨਾ ਬਹੁਤ ਉਗਾ ਸਕਦਾ ਸੀ ਕਿਉਂਕਿ ਮੈਂ ਇੱਕ ਵਾਰ ਪੋਸਟ ਵੀ ਪਾਈ ਸੀਗੀ ਮੈਂ ਕਿਹਾ ਜਦੋਂ ਨਾ ਅਸੀਂ ਅਸੀਂ ਕਿਸੇ ਪ੍ਰੋਫੈਸ਼ਨ ਨਾਲ ਜੁੜਦੇ ਆ ਸਾਡੇ ਪਿੱਛੇ ਲੋਕ ਖੜਦੇ ਆ ਕਿ ਸਾਡੀ ਆਪਣੀ ਕਮਿਊਨਿਟੀ ਸਾਡੀ ਤਰੱਕੀ برداشت ਨਹੀਂ ਕਰਦੀ ਹੁਣ ਇਹ ਚਾਹੀਦਾ ਸੀਗਾ ਮੈਨੂੰ ਅੱਜ ਵੀ ਲੱਗਦਾ ਮੈਂ ਕਈ ਵਾਰ ਕਹਿੰਦਾ ਜੀਂਦੇ ਜੀ ਕਦਰ ਕਰੋ ਜੇ ਬਈ ਤੁਹਾਨੂੰ ਲੱਗਦਾ ਕਿ ਆਹ ਬੰਦਾ ਸਾਡਾ ਆਪਣੀ ਕੌਮ ਦਾ ਆ ਹਨਾ ਤੇ ਇਹ ਇਹਦੇ ਪਿੱਛੇ ਲੋਕ ਹੈਗੇ ਆ ਪਰ ਇਹ ਸਹੀ ਨਹੀਂ ਜਾ ਰਿਹਾ ਫਰਜ ਇਹ ਬਣਦਾ ਸਾਡੇ ਜੇ ਅਸੀਂ ਸਿਆਣੇ ਆ ਸਾਡੇ ਵਿੱਚ ਹੈਗੇ ਆ ਲੋਕ ਜਿਹੜੇ ਸਿਆਣੇ ਆ ਜਿਹੜੇ ਬਾਦ ਵਿੱਚ ਝੰਡੇ ਚੱਕ ਕੇ ਘਰ ਤੱਕ ਜਾਂਦੇ ਧਰਨੇ ਲਾਉਣ ਫਰਜ ਇਹ ਬਣਦਾ ਕਿ ਸਾਡਾ ਆਪਣਾ ਯਾਰ ਪਰ ਉਹ ਤਾਂ ਗੱਲ ਲਾਈਏ ਜਾ ਕੇ ਬੱਚਿਆਂ ਕੋ ਨੂੰ ਸਮਝਾ ਕੇ ਦੇਖੀ ਇਹ ਤੇਰੇ ਪਿੱਛੇ ਬੰਦੇ ਬਹੁਤ ਆ ਟੈਲੈਂਟ ਤੈਨੂੰ ਦਿੱਤਾ ਹੈ ਮਹਾਰਾਜ ਨੇ ਯਾਰ ਆ ਮੁੱਦੇ ਜੇ ਤੂੰ ਗਾਦਵੇਂ ਨਾ ਗੱਲ ਬਣ ਜਵੇ ਪਰ ਅਸੀਂ ਐ ਨਹੀਂ ਕਰਦੇ ਬਾਈ ਅਸੀਂ ਸੋਚਦੇ ਇਹਨੂੰ ਖਤਮ ਕਰੋ ਯਾਰ ਇਹਦਾ ਕੈਰੀਅਰ ਖਤਮ ਕਰੋ ਅੱਜ ਅੱਜ ਕਈ ਹੈ ਨਾ ਬਈ ਉਹਦੇ ਜਾਣ ਤੋਂ ਬਾਅਦ ਦੁਨੀਆ ਤੋਂ ਲਿਖਦੇ ਆ ਥੱਲੇ ਵਿਚਾਰਕ ਤਾਂ ਮਤ ਭੇਦੇ ਸੀਗੇ ਪਰ ਇਦਾਂ ਨਹੀਂ ਸੀ ਹੋਣਾ ਚਾਹੀਦਾ ਬਈ ਕਈ ਤਾਂ ਐ ਉਹੀ ਲਿਖੀ ਜਾਂਦੇ ਆ ਜਿੱਦਾਂ ਸ਼ੈਕਸਪੀਅਰ ਹੁੰਦੇ ਨਾ ਵਿਚਾਰਕ ਮਤ ਭੇਦੇ ਸੀਗੇ ਵੀ ਤੁਸੀਂ ਕੌਣੇ ਆ ਵੀ ਤੁਹਾਡੇ ਨਾਂ ਉਹਦੇ ਵਿਚਾਰਕ ਮਤ ਭੇਦੇ ਸੀ ਜੇ ਕਿਤੇ ਚੱਜਦੇ ਹੁੰਦੇ ਨਾ ਸਾਡੇ ਬੰਦੇ ਬਈ ਉਤੋਂ ਕਮ ਲੈ ਸਕਦੇ ਹੀ ਬੜੇ ਅਜੇ ਵੀ ਬੜੇ ਮੁੱਦੇ ਆ ਬਈ ਜਿਹੜੇ ਨੌਜਵਾਨਾਂ ਤੱਕ ਨਹੀਂ ਪਹੁੰਚੀ ਐਸਵਾਈਐਲ ਤੱਕ ਕਲੀਅਰ ਹੋ ਗਿਆ ਪਤਾ ਲੱਗ ਗਿਆ ਯਾਰ ਪਾਣੀਆਂ ਦਾ ਪਤਾ ਲੱਗ ਗਿਆ ਹਨਾ ਸਾਰਾ ਸਿਸਟਮ ਅਜੀਬ ਹੀ ਕਈ ਚੀਜ਼ਾਂ ਸੀਗੀਆਂ ਉਹਦੀ ਕਹੀ ਗੱਲ ਬੜੀ ਦੂਰ ਜਾਂਦੀ ਸੀ ਇਹ ਬੰਦੇ ਸਾਡੇ ਤਰੀਕੇ ਨਾਲ ਉਹਦੇ ਨਾਲ ਗੱਲ ਕਰਕੇ ਨਾ ਉਹ ਤੋਂ ਕੰਮ ਲੈ ਸਕਦੇ ਸੀ بڑے ਮੁੱਦੇ ਜਿਹੜੇ ਅਜਾਗਰ ਕੀਤੇ ਜਾ ਸਕਦੇ ਸੀ ਪਰ ਸਾਡੇ ਵਾਲੇ ਲਾਪ ਖਤਮ ਕਰਨ ਤੱਕ ਜਾਣ ਲਵੇ ਖਤਮੇ ਕਰੋ ਯਾਰ ਇਹਨੂੰ ਖਤਮ ਦਾ ਮਤਲਬ ਬੇਸ਼ੱਕ ਸ਼ਰੀਰ ਪੱਖੋਂ ਨਹੀਂ ਪਰ ਬੰਦੇ ਨੂੰ ਟੌਰਚਰ ਕਰਕੇ ਤਾਂ ਕੈਰੀਅਰ ਖਤਮ ਕਰੋ ਇਹਨੂੰ ਡਾਊਨ ਕਰ ਦਿਓ ਬਈ ਮੈਂ ਕਹਿੰਦਾ ਬਈ ਇਹ ਕਤਲ ਕਰਨ ਨਾਲੋਂ ਘੱਟ ਨਹੀਂ ਹੈਗਾ ਕਿਹੇ ਦੀ ਚੜੀ ਹੋਈ ਗੁੱਡੀ ਨੂੰ ਥੱਲੇ ਤਾਰਨਾ ਸਾਜ਼ਿਸ਼ਾਂ ਕਰਕੇ ਬਦਨਾਮ ਕਰਕੇ ਟੈਲੈਂਟ 'ਚ ਬੀਟ ਕਰ ਲਓ ਯਾਰ ਕਿਸੇ ਨੂੰ ਤੁਸੀਂ ਵੀ ਗੱਲ ਉਹਦੇ ਬਰਾਬਰ ਹੋ ਕੇ ਉਹਦੇ ਗਾਣਿਆਂ ਨਾਲ ਹੀ ਚੱਲਿਆ ਬਈ ਉਹ ਗੱਲਾਂ ਕਰਕੇ ਥੋੜੀ ਚੱਲਿਆ ਜਾਂ ਗਾਲਾਂ ਕੱਢ ਕੇ ਚੱਲੇ ਆ ਵੀ ਤੁਸੀਂ ਵੀ ਗਾਲਾਂ ਦਾ ਉਹ ਤੁਹਾਨੂੰ ਜਵਾਬ ਗਾਲਾਂ ਚ ਦੇ ਰਹੇ ਆ ਤਾਂ ਆ ਵੀ ਉਹਨੂੰ ਉਹਨੂੰ ਖਤਮ ਕਰਨਾ ਉਹਦੇ ਕੈਰੀਅਰ ਨੂੰ ਖਤਮ ਕਰਨਾ ਉਹਨੂੰ ਮਾਰ ਦੇਣ ਤੋਂ ਜੱਦ ਜ਼ਿਆਦਾ ਖਤਰਨਾਕ ਹੈ ਮੈਂ ਕਹਿੰਦਾ ਇਹ ਜ਼ਿਆਦਾ ਖਤਰਨਾਕ ਹੈ ਬਈ ਅੱਜ ਵੀ ਜਿਹੜੇ ਬੰਦੇ खरे ਕਲਾਕਾਰ ਸੀ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਲੋਕਾਂ ਦੇ ਦਿਲਾਂ 'ਚ ਉਤਰ ਗਏ ਆ ਉਹ ਮਰਿਆਂ ਬਰਾਬਰ ਨਹੀਂ ਹੈਗੇ ਬਈ ਬਰਿਆਂ ਬਰਾਬਰ ਹੈ ਬਈਓ ਤਾਂ ਆ ਵੀ ਜਣੀ ਇਹ ਮੈਨੂੰ ਇਸ ਗੱਲ ਦਾ ਦੁੱਖ ਵੀ ਆ ਵੀ ਚਲੋ ਹੁਣ ਮੈਂ ਕਹਣਾ ਅੱਗੇ ਸਾਂਭ ਲਈਏ ਯਾਰ ਅੱਗੇ ਅਕਲ ਕਰ ਲਈਏ ਵੀ ਜਿਹੜੇ ਸਾਡੇ ਆ ਨਾ ਉਹਨਾਂ ਨੂੰ ਗੜ ਲਾਈਏ ਉਹਨਾਂ ਤੋਂ ਕੰਮ ਲਈਏ ਯਾਰ ਉਹਨਾਂ ਨੂੰ ਸਮਝਾ ਕੇ ਪੁੱਤ ਬੱਚਾ ਕਰਕੇ ਨਾ ਕਿ ਉਹਨਾਂ ਨੂੰ ਖਤਮ ਕਰਨ ਤੱਕ ਜਾਈਏ ਜਲੂਸ ਨਾ ਕਢੀਏ ਯਾਰ ਬਾਹਰ ਦੀਆਂ ਸਟੇਟਾਂ ਤੱਕ ਬਦਨਾਮ ਕਰਦੇ ਆ ਯਾਰ ਕਿਉਂਕਿ ਅੱਜ ਕੱਲ ਬਈ ਹਰੇਕ ਤਾਂ ਬੰਦਾ ਰਿਪੋਰਟਰ ਹੈ ਹਰੇਕ ਦੇ ਹੱਥ 'ਚ ਫੋਨ ਹੈ ਤੇ ਖਬਰਾਂ ਬੜੀਆਂ ਦੂਰ ਜਾਂਦੀਆਂ ਬਈ ਇਸ ਕਰਕੇ ਖਤਮ ਨਾ ਕਰੀਏ ਯਾਰ ਕਿਸੇ ਨੂੰ ਉਹ ਉਹਨੂੰ ਪੁੱਤ ਬੱਚਾ ਕਰਕੇ ਉਹਨੂੰ ਸਮਝਾਈਏ ਜਿੱਦਾਂ ਆਪਣੇ ਘਰ ਬੱਚੇ ਨੂੰ ਸਮਝਾਉਂਦੇ ਆਂ ਐਂ ਸਮਝਾਈ ਕਿਸੇ ਅਹੀ ਜੀ ਗੱਲ ਦਾ ਕਿਸੇ ਗੱਲ ਦਾ ਪਛਤਾਵਾ ਹੈ ਤੁਹਾਨੂੰ ਜਿਹੜੀ ਮਤਲਬ ਥੋੜੀ ਨਾ ਪੂਰੀ ਹੋਈ ਹੋਵੇ ਕੋਈ ਗੱਲ ਸਿੱਧੂ ਨਾਲ ਨਾ ਸ਼ੇਅਰ ਕੀਤੀ ਗਈ ਹੋਵੇ ਜਾਂ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਕੋਈ ਕਿ ਆਹ ਕੰਮ ਯਾਰ ਮੈਂ ਜ਼ਰੂਰ ਕਰਨਾ ਸੀਗਾ ਚਲੋ ਬਾਕੀ ਤਾਂ ਜਿਹੜੇ ਰਹਿ ਗਏ ਰਹਿ ਗਏ ਪਰ ਆਹ ਕੰਮ ਯਾਰ ਜ਼ਰੂਰ ਕਰਨਾ ਸੀ ਕੋਈ ਹੈ ਜਾ ਪਛਤਾਵਾ ਬਈ ਪਛਤਾਵੇ ਪਛਤਾਵਿਆਂ ਦੀ ਜੇ ਗੱਲ ਕਰੀਏ ਨਾ ਪਹਿਲੀ ਪਹਿਲਾ ਸਭ ਤੋਂ ਵੱਡਾ ਪਛਤਾਵਾ ਤਾਂ ਬਈ ਇਹ ਹੀ ਆ ਕਿ ਉਹਨੂੰ ਦੂਜੀ ਵਾਰ ਮਿਲਣਾ ਜਾਣਾ ਸੀ ਟਾਈਮ ਪਈ ਗਿਆ ਮੈਂ ਯਾਰ ਅਮਰੇਕ ਮੇਰਾ ਖਾਸ ਫਰੈਂਡ ਹੈ ਮੁੰਡਾ ਮਾਨਕ ਇਹਨੂੰ ਨਾਲ ਲੈ ਕੇ ਜਾਣਾ ਸੀ ਇਹਨੇ ਬੜਾ ਕਿਹਾ ਬਾਈ ਮੈਨੂੰ ਮਲਾ ਕੇ ਲਿਆ ਹਨ ਫੇ ਮੇਰੀ ਵਾਈਫ ਦੀ ਗੱਲ ਹੈ ਆਪਾਂ ਸੋਚਿਆ ਸੀ ਕਿ ਚਲ ਸਾਰੇ ਫੈਮਿਲੀ ਇਕੱਠੀ ਹੈ ਨਾ ਜਾਵਾਂਗੇ ਪਹਿਲਾਂ ਤਾਂ ਇਹ ਪਛਤਾਵਾ ਬਾਈ ਬਹੁਤ ਵੱਡਾ ਹੈ ਫਿਰ ਕਾਫੀ ਗੱਲਾਂ ਸਿਗੀਆਂ ਜਿੱਦਾਂ ਹੁਣ ਕਹ ਲਓ ਬਾਈ ਨੂੰ ਪਤਾ ਸੀ ਕਿ ਮੈਂ ਸ਼ੇਰੋ ਸ਼ੈਰੀ ਕਰਦਾ ਹਨ ਮੈਂ ਬੋਲਦਾ ਹਨ ਬਾਈ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਗਾਉਂਦਾ ਵੀ ਹਾਂ ਕਿਉਂਕਿ ਮੈਂ ਕਦੇ ਸ਼ੇਰ ਸ਼ੂਰ ਵੀ ਨਹੀਂ ਕੀਤਾ ਬਾਈ ਨੂੰ ਗਾਣਾ ਗੁਣਾ ਆਪਣਾ ਬਾਈ ਨੂੰ ਇਹ ਨਹੀਂ ਸੀ ਪਤਾ ਜਦੋਂ ਹੁਣ ਗਾਣੇ ਗੁਣੇ ਮੈਂ 1 2 ਕੀਤੇ ਵਧੀਆ ਚਲੋ ਗਾਏ ਹਨ ਬਾਈ ਨੂੰ ਇਹ ਨਹੀਂ ਸੀ ਪਤਾ ਵੀ ਬੰਦਾ ਗਾਉਂਦਾ ਵੀ ਆ ਮੈਨੂੰ ਐ ਸੀ ਬਾਈ ਨੂੰ ਕਿਤੇ ਕੋਲ ਬੈਠ ਕੇ ਉਹਦੇ ਹਿਕਾਂ ਛਕਾਂ ਲਾ ਕੇ ਦਿਖਾਵਾਂਗੇ ਨਾ ਉਹਦੇ ਕੰਨੀਆਂ ਪੈਣਗੀਆਂ ਵੀ ਯਾਰ ਬੰਦਾ ਗਾ ਵੀ ਰਿਹਾ ਹਨਾ ਗੱਲ ਇਹ ਨਹੀਂ ਕਿ ਅਸੀਂ ਮਤਲਬ ਨੂੰ ਜੀ ਆ ਰਿਹਾ ਵੀ ਬਾਈ ਸਾਡਾ ਵੀ ਤਾਲ ਕਲੇਪ ਕਰ ਜਾ ਕਿਦਾਂ ਪਰ ਉਹਨੂੰ ਮੈਂ ਦਾ ਮਤਲਬ ਸੀਗਾ ਉਹਨੂੰ ਇੱਕ ਵਾਰ ਉਹਨੂੰ ਉਹਨੂੰ ਸੁਣਾਈਏ ਕੁਝ ਚੀਜ਼ਾਂ ਮੈਂ ਲਿਖੀਆਂ ਵੀ ਸੀਗੀਆਂ ਬਹੁਤ ਚੀਜ਼ਾਂ ਉਹਦੇ ਪਸੰਦ ਆਉਣ ਵਾਲੀਆਂ ਸੀਗੀਆਂ ਜਿਹੜੀਆਂ ਚੀਜ਼ਾਂ ਹਨਾ ਮੈਨੂੰ ਸੀਗਾ ਵੀ ਕਿਤੇ ਕਾਪੀ ਖੋਲ ਕੇ ਉਹਦੇ ਕੋਲ ਬੈਠੀਏ ਜਾ ਕੇ ਹਨਾ ਬਸ ਹਾ ਹਾ ਪਛਤਾਵਾ ਬਹੁਤ ਵੱਡਾ ਵੀ ਇੱਕ ਇੱਕ ਮੁਲਾਕਾਤ ਜਿਹੜੀ ਕਰਨੀ ਸੀਗੀ ਉਹਦੇ ਇਹ ਇਹ ਵੱਡੀ ਗੱਲ ਆ ਯਾਰ ਇਹ। ਸ਼ੁਕਰੇ ਬਾਈ ਧੰਨਵਾਦ ਗੱਲਬਾਤ ਕਰਨ ਦੇ ਲਈ ਤੇ ਤੁਸੀਂ ਜੇ ਆਪਣੇ ਵੱਲੋਂ ਕੋਈ ਸਿੱਧੂ ਦੇ ਚਾਹਣ ਵਾਲੇ ਨੂੰ ਤੇ ਪਿਆਰ ਕਰਨ ਵਾਲੇ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਚਾਹਣ ਵਾਲਿਆਂ ਨੂੰ ਬਈ ਇੱਕੋ ਹੀ ਬੇਨਤੀ ਆ। ਪਹਿਲਾਂ ਤਾਂ ਇਹ ਆਵੇ ਉਹਦੇ ਮਾਤਾ ਪਿਤਾ ਦੀ ਗੱਲ ਆ ਬਈ। ਗੇੜਾ ਮਾਰ ਕੇ ਆਇਆ ਕਰੀਏ ਹਨਾ ਬਿੱਲ ਬਿੱਲ। ਹੁਣ ਅਸੀਂ ਵੀ ਸੋਚਦੇ ਆਂ ਬਈ ਇੱਕ ਵਾਰ ਜਾਣਾ ਹਨਾ ਆਪਾਂ ਫੇਰ। ਤੇ ਉਹ ਤੋਂ ਬਾਅਦ ਆ ਕਈ ਬੰਦੇ ਹੁਣ ਵੀ ਮੈਨੂੰ ਮੈਸੇਜ ਕਰਦੇ ਆ ਦੁਖੀ ਹੋ ਕੇ ਬਹੁਤ ਡਿਪਰੈਸ਼ਨ ਚ ਜਿਦਾ ਚੱਲ ਗਿਆ ਹੁੰਦੇ ਨਾ ਪਰ ਮੈਂ ਕਹਿੰਦਾ ਉਹਦੀ ਜ਼ਿੰਦਗੀ ਨੂੰ ਉਹਨੂੰ ਉਹਨੂੰ ਨੇੜਿਓਂ ਦੇਖੀਏ ਬਾਈ ਜੇ ਉਹ ਤੋਂ ਕੋਈ ਸਿੱਖਣਾ ਤਾਂ ਉਹ ਯੁਰਤ ਸਿੱਖੋ ਹਿੰਮਤ ਸਿੱਖੋ ਜ਼ਿੰਦਗੀ ਜਿਉਣ ਦਾ ਤਰੀਕਾ ਉਹਦਾ ਬੜਾ ਘੈਂਟ ਸੀਗਾ ਪੋਜ਼ਿਟਿਵਿਟੀ ਬਹੁਤ ਸੀ ਉਹ ਬੰਦੇ ਦੇ ਵਿੱਚ ਜ਼ੁਬਾਨ ਦਾ ਬੜਾ ਪੱਕਾ ਸੀ ਦੋ ਦੋ ਸਾਲ ਪਹਿਲਾਂ ਕੀਤੀਆਂ ਸਟੇਜਾਂ ਤੇ ਗੱਲਾਂ ਥਾਪੀ ਮਾਰ ਕੇ ਪਗਾ ਕੇ ਗਿਆ ਬਾਈ ਜੇ ਸਿੱਖਣੀਆਂ ਇਹ ਚੀਜ਼ਾਂ ਸਿੱਖੀਏ ਬਾਕੀ ਗੱਲ ਆ ਜਿਹੜੇ ਹੁਣ ਚਲੋ ਹੁਣ ਤਾਂ ਚਲੋ ਹੁਣ ਟੈਂਪ ਹੈ ਗਿਆ ਘਟ ਗਿਆ ਸਿਸਟਮ ਪਹਿਲਾਂ ਪਹਿਲਾਂ ਕਈ ਸੁਸਾਈਡ ਵਗੈਰਾ ਵੀ ਕੇਸ ਸਾਹਮਣੇ ਆਏ ਆ ਸੋ ਇਦਾਂ ਦਾ ਕੁਝ ਕਰਨ ਨੂੰ ਆਪਾਂ ਬਈ ਅੰਗਰੇਜ਼ ਕਰੀਏ ਹਨ ਤੇ ਇਹੀ ਆ ਬਈ ਉਹਨੂੰ ਯਾਦ ਰੱਖੀਏ ਕਹਿੰਦਾ ਮਤਲਬ ਇਹ ਉਹਨੂੰ ਯਾਦ ਰੱਖੀਏ ਤੇ ਉਹਦੇ ਜਿਹੜੇ ਨਕਸ਼ੇ ਕਦਮ ਆ ਉਹਨਾਂ ਤੇ ਚੱਲੀਏ ਉਹਨੂੰ ਉਹ ਜਿੱਦਾਂ ਉਹ ਉਹਨੇ ਜ਼ਿੰਦਗੀ ਜੀ ਕੇ ਦਿਖਾ ਲਈ ਮਾਂ ਪੀ ਦੀ ਸੇਵਾ ਕੀਤੀ ਆ ਬਈ ਵਧੀਆ ਹਨਾ ਸਾਂਭਿਆ ਬਸ ਆ ਚੀਜ਼ਾਂੋਂ ਤੋਂ ਸਿੱਖੀ ਬਈ ਬਈ ਇੰਨਾ ਕੀ ਕਹਿਣਾ ਬਈ ਧੰਨਵਾਦ ਬਾਈ ਸੋ ਬਾਈ ਗੁਰਜੀਤ ਸਿੰਘ ਮੰਡ ਸੀਗੇ ਉਹਨਾਂ ਚੋਂ ਇੱਕ ਨੇ ਜਿੰਨਾ ਮੁੰਡਿਆਂ ਦੀ ਸਿੱਧੂ ਨੇ ਬਾਹ ਫੜੀ ਜਿੰਨਾ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਪਛਾਣ ਵੀ ਦਿੱਤੀ ਤੁਸੀਂ ਜੁੜੇ ਰਹੋ ਅਖਰ ਦੇ ਨਾਲ ਧੰਨਵਾਦ